ਬਹੁਤ-ਬਹੁਤ ਸਵਾਗਤ ਹੈ ਸੂਬੇ ਦੀਆਂ ਪ੍ਰਮੁੱਖ ਸਿਆਸੀ ਸੁਰਖੀਆਂ ਤੇ ਸੂਬੇ ਦੇ ਸਿਆਸੀ ਹਾਲਾਤਾਂ ਦੇ ਉੱਪਰ ਵਿਚਾਰ-ਚਰਚਾ ਦੇ ਸਾਡੇ ਇਸ ਖਾਸ ਪ੍ਰੋਗਰਾਮ ਖਬਰ ਪੜਤਾਲ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਕੇਂਦਰੀ ਗ੍ਰਹਿ ਮੰਤਰੀ ਚੰਡੀਗੜ੍ਹ ਵਿਖੇ ਪਹੁੰਚੇ ਇੱਕ ਵੱਡਾ ਐਲਾਨ ਕੀਤਾ ਹੈ ਚੰਡੀਗੜ੍ਹ ਯੂਟੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਉੱਪਰ ਹੁਣ ਪੰਜਾਬ ਸਰਵਿਸ ਰੂਲਸ ਲਾਗੂ ਨਹੀਂ ਹੋਣਗੇ ਹੁਣ ਕੇਂਦਰੀ ਸਰਵਿਸ ਰੂਲ ਦੇ ਅਧੀਨ ਇਹ ਸਾਰੇ ਮੁਲਾਜ਼ਮ ਆਉਣਗੇ ਤੇ ਕੀ ਕੀ ਬਦਲਾਅ ਆਉਣਗੇ ਇਸ ਦਾ ਅਸਰ ਕੀ ਪਵੇਗਾ ਇਸ ਬਾਰੇ ਗੱਲਬਾਤ ਕਰਾਂਗੇ ਤੇ ਇਸ ਦੇ ਨਾਲ-ਨਾਲ ਗੱਲ ਕਰਾਂਗੇ ਗਰੰਟੀਆਂ ਦੇ باوجود ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਜਿਹੜੇ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਤੇ ਇਸ ਵਿਸ਼ੇ ਤੇ ਵੀ ਚਰਚਾ ਕਰਾਂਗੇ ਕਿ ਧਰਨੇ ਪ੍ਰਦਰਸ਼ਨਾਂ ਦਾ ਕੀ ਕਾਰਨ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੂਬਾ ਸਰਕਾਰ ਨੂੰ ਕਿਹੜੇ-ਕਿਹੜੇ ਚੈਲੰਜ ਹੋ ਸਕਦੇ ਨੇ ਕਿਹੜੇ ਕਿਹੜੇ ਸੂਬੇ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਧਰ ਮੋਦੀ ਤੇ ਭਗਵੰਤ ਮਾਨ ਦੀ ਮੁਲਾਕਾਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਕੀ ਨਾਰਾਜ਼ ਚੱਲ ਰਹੇ ਨੇ ਇਸ ਸਵਾਲ ਦੇ ਉੱਪਰ ਵੀ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਗੱਲ ਕਰਾਂਗੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਜਿਹੜੀ ਨਿਯੁਕਤੀ ਹੈ ਉਹ ਲਟਕ ਗਈ ਹੈ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਵੱਡਾ ਇਕੱਠ ਕੀਤਾ ਸੀ ਵੱਡੇ ਆਗੂ ਨਵਜੋਤ ਸਿੰਘ ਸਿੱਧੂ ਦੇ ਸਮਰਥਨ ਚ ਇਕੱਠੇ ਹੋਏ ਸਨ ਇੱਕ ਤਸਵੀਰ ਵੀ ਸਾਹਮਣੇ ਆਈ ਹੈ ਇਸ ਮੁੱਦੇ ਤੇ ਵੀ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਗੱਲ ਕਰਾਂਗੇ ਸੁਪਰੀਮ ਕੋਰਟ ਨੇ ਜਿਹੜਾ ਕੇਂਦਰ ਸਰਕਾਰ ਨੂੰ ਇਨਸਟਰਕਸ਼ਨਸ ਦਿੱਤੀਆਂ ਨੇ 30 April ਤੱਕ ਰਾਜੂ ਆਣਾ ਦੀ ਪਟੀਸ਼ਨ ਦੇ ਉੱਪਰ ਫੈਸਲਾ ਲੈਣ ਦੀ ਇਸ ਬਾਬਤ ਵੀ ਗੱਲਬਾਤ ਕਰਾਂਗੇ ਤੇ ਇਸ ਮੁੱਦੇ ਤੇ ਵੀ ਗੱਲ ਕਰਾਂਗੇ ਕਿ ਭਾਜਪਾ ਅਤੇ ਆਮ ਆਦਮੀ ਦਾ ਰਵੱਈਆ ਨੇ ਜਿਹੜਾ ਸਿੱਖ ਮੁੱਦਿਆਂ ਦੇ ਉੱਪਰ ਜਿਹੜਾ ਭਾਜਪਾ ਤੇ ਆਮ ਆਦਮੀ ਪਾਰਟੀ ਦਾ ਰਵੱਈਆ ਇਸ ਮੁਤਲਕ ਵੀ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਮੇਰੇ ਨਾਲ ਨੇ ਡੱਲਾ ਸਾਹਿਬ ਬਹੁਤ-ਬਹੁਤ ਤੁਹਾਗਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਧੰਨਵਾਦ ਜਗਜੀਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੰਡੀਗੜ੍ਹ ਫੇਰੀ ਨੂੰ ਲੈ ਕੇ ਖੂਬ ਚਰਚੇ ਨੇ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਉਹਨਾਂ ਨੇ ਆਪਣੇ ਸੰਬੋਧਨ ਦੇ ਵਿੱਚ ਕਹਿੰਦੇ ਯੂਟੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਉੱਪਰ ਹੁਣ ਕੇਂਦਰੀ ਸਰਵਿਸ ਰੂਲ ਲਾਗੂ ਹੋਣਗੇ ਪੰਜਾਬ ਵਾਲੇ ਸਰਵਿਸ ਰੂਲਸ ਹੁਣ ਉਹਨਾਂ ਉੱਪਰ ਲਾਗੂ ਨਹੀਂ ਹੋਣਗੇ ਡੱਲਾ ਸਾਹਿਬ ਕੀ ਕੀ ਬਦਲਾਅ ਆਵੇਗਾ ਕੀ ਜਿਹੜੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ ਉਸ ਕਿੰਨੇ ਸੱਚ ਨੇ ਇਸ ਤਰ੍ਹਾਂ ਦੇ ਖਦਸ਼ੇ ਦੇਖੋ ਪਹਿਲੀ ਤਗਲੀ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਹੁਣ ਜੀ ਉਹ ਕੇਂਦਰ ਦੇ ਸੈਂਟਰਲ ਸਰਵਿਸ ਰੂਲ ਦੇ ਤਹਿਤ ਨੌਕਰੀ ਕਰਨਗੇ ਜੀ ਇਹਦੇ ਵਿੱਚ ادارے ਉਹੀ ਆ ਜਿਹੜੇ ਯੂਟੀ ਨਾਲ ਸੰਬੰਧਿਤ ਨੇ ਔਰ ਜਿਹੜੇ ਕੇਂਦਰ ਸਰਕਾਰ ਦੇ ਅਧੀਨ ਨੇ ਪਹਿਲਾਂ ਕੀ ਹੁੰਦਾ ਸੀ ਕਿ ਆਮ ਤੌਰ ਤੇ ਮੰਨਿਆ ਜਾਂਦਾ ਸੀ ਕਿ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਨਿਯੁਕਤੀਆਂ ਨੇ ਉਹ 60 40 ਦੀ ਰਿਸ਼ਵ ਨਾਲ ਹੋਣਗੀਆਂ 60 ਪੰਜਾਬ ਤੇ 40 ਹਰਿਆਣਾ ਜੀ ਹੁਣ ਇਹ ਨਹੀਂ ਵੀ ਕਲਾ ਇਹਦੇ ਨਾਲ ਪੰਜਾਬ ਦੇ ਮੁਲਾਜ਼ਮਾਂ ਨੂੰ ਵੀ ਕੋਈ ਫਾਇਦਾ ਹੋਊਗਾ ਇਹਦੇ ਨਾਲ ਜਿਹੜੇ ਕੇਂਦਰ ਦੇ ਅਧੀਨ ਕੇਂਦਰ ਦੇ ਮਹਿਕਮੇ ਦੇ ਅਧੀਨ ਮੁਲਾਜ਼ਮ ਚੰਡੀਗੜ੍ਹ ਦੇ ਵਿੱਚ ਨੇ ਉਹਨਾਂ ਨੂੰ ਫਾਇਦਾ ਹੋਣ ਦੀ ਉਮੀਦ ਹੈ ਔਰ ਉਹਨਾਂ ਨੂੰ ਤਨਖਾਹਾਂ ਭੱਤਿਆਂ ਦੇ ਰੂਪ ਚ ਵੀ ਫਾਇਦਾ ਹੋਏਗਾ ਔਰ ਉਹਨਾਂ ਨੂੰ ਰਿਟਾਇਰਮੈਂਟ ਦੇ ਰੂਪ ਦੇ ਵਿੱਚ ਵੀ ਪਹਿਲਾਂ ਪੰਜਾਬ 'ਚ ਕਿਉਂਕਿ 58 ਸਾਲ ਦੀ ਰਿਟਾਇਰਮੈਂਟ ਹੈ ਹੁਣ ਚੰਡੀਗੜ੍ਹ ਦੇ ਵਿੱਚ 60 ਸਾਲ ਦੀ ਉਮਰ 'ਚ ਰਿਟਾਇਰਮੈਂਟ ਹੋਏਗੀ। ਔਰ ਮੈਨੂੰ ਇਹ ਲੱਗਦਾ ਬਿਆਨ ਜ਼ਰੂਰ ਆਏ ਨੇ ਪੰਜਾਬ ਤੋਂ ਕਈ ਪੋਲਿਟਿਕਲ ਲੋਕਾਂ ਦੇ ਸੁਖਪਾਲ ਖੈਰਾ ਦਾ ਬਿਆਨ ਆਇਆ। ਜੀ। ਕਿ ਇਹ ਸੰਗੀ ਢਾਂਚੇ ਤੇ ਹਮਲਾ ਅਸਲ 'ਚ ਮੈਨੂੰ ਇਹ ਲੱਗਦਾ ਕਿ ਹੁਣ ਪਹਿਲਾਂ ਜਿਹੜੀਆਂ ਸਰਕਾਰਾਂ ਰਹੀਆਂ ਨੇ ਕਿਤਨਾ ਕਿਤੇ ਉਹ ਲੜਾਈ ਲੜਦੀਆਂ ਰਹੀਆਂ ਨੇ ਇਨ੍ਹਾਂ ਮਸਲਿਆਂ ਤੇ। ਕੇਂਦਰ ਨਾਲ ਭਾਵੇਂ ਕਾਂਗਰਸ ਸੀ, ਭਾਵੇਂ ਅਕਾਲੀ ਦਲ ਸੀ ਔਰ ਹੁਣ ਆਈ ਇੱਕ ਨਵੀਂ ਪਾਰਟੀ ਆਮ ਆਦਮੀ ਪਾਰਟੀ। ਔਰ ਤੁਸੀਂ ਦੇਖੋ ਭਾਰਤੀ ਜਨਤਾ ਪਾਰਟੀ ਨੇ ਚੋਣਾਂ ਤੋਂ ਬਾਅਦ ਕਈ ਵੱਡੇ ਫੈਸਲੇ ਕੀਤੇ ਨੇ ਜਿੱਥੇ ਪੰਜਾਬ ਦੀ ਸਰਕਾਰ ਕੋਈ ਦਖਲ ਹੀ ਨਹੀਂ ਦੇ ਸਕੀ ਜੀ ਉਹਨਾਂ ਨੇ ਬੀਬੀਐਮਬੀ ਚ ਨਿਯੁਕਤੀਆਂ ਕਰਤੀਆਂ ਪੰਜਾਬੀਆਂ ਦਾ ਜਿਹੜਾ ਕੋਟਾ ਸੀ ਉਹ ਕਟ ਗਿਆ ਉਹਨਾਂ ਨੇ 10 ਮਾਰਚ ਨੂੰ ਹੀ ਬਿਜਲੀ ਮੀਟਰਾਂ ਬਾਰੇ ਵੀ ਚਿੱਠੀ ਭੇਜਤੀ ਵੀ ਕਰੋ ਇਹਦੇ ਤੇ ਤਿਆਰੀ ਜੀ ਹਾਲਾਂਕਿ ਉਸ ਫੈਸਲੇ ਨਾਲ ਮੈਂ ਕਿਸੇ ਹੱਦ ਤੱਕ ਸਹਿਮਤ ਵੀ ਆਂ ਕਿ ਪ੍ਰੀਪੇਡ ਜਿਹੜੇ ਬਿਜਲੀ ਦੇ ਮੀਟਰ ਨੇ ਉਹ ਸਹੂਲਤਾਂ ਦਾ ਰਾਹ ਵੀ ਖੋਲਣਗੇ ਸਾਡੇ ਆਮ ਲੋਕਾਂ ਦੇ ਲਈ ਜੀ ਹੁਣ ਚੰਡੀਗੜ੍ਹ ਦੇ ਵਿੱਚ ਕੇਂਦਰੀ ਮੁਲਾਜ਼ਮਾਂ ਦੀ ਗੱਲ ਆ ਗਈ ਚੰਡੀਗੜ੍ਹ 'ਚ ਇਹਦਾ ਮਤਲਬ ਇਹ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜੀ 60 40 ਦੀ ਰੇਸ਼ਿਓ ਸੀ ਜੀ 60 40 ਦੀ ਜਿਹੜੀ ਰੇਸ਼ਿਓ ਸੀ ਉਹ ਆਉਂਦੇ ਸਮੇਂ ਦੇ ਵਿੱਚ ਸੰਕਟ 'ਚ ਪੈ ਸਕਦੀ ਹੈ ਹਾਲਾਂਕਿ ਪਹਿਲਾਂ ਹੀ ਉਹਦੇ ਤੇ ਸਵਾਲ ਖੜੇ ਹੁੰਦੇ ਨੇ ਸੁਖਪਾਲ ਖੈਰਾ ਦਾ ਸਵਾਲ ਰੀਐਕਸ਼ਨ ਆਇਆ ਕਿ ਇਹ ਸੰਗੀਟਾਂ ਚੇ ਤੇ ਹਮਲਾ ਹੈ ਅਕਾਲੀ ਦਲ ਨੇ ਵੀ ਰਿਐਕਸ਼ਨ ਦਿੱਤਾ ਹੈ ਪੋਲੀਟੀਕਲ ਤੌਰ ਦੇ ਉੱਤੇ ਇਸ ਤਰੀਕੇ ਦੇ ਰਿਐਕਸ਼ਨ ਆ ਰਹੇ ਨੇ ਕਿ ਇਹ ਕੇਂਦਰ ਦਾ ਚੰਡੀਗੜ੍ਹ ਤੇ ਜ਼ਿਆਦਾ ਵੱਧ ਦਾ ਦਖਲ ਹੈ ਹੁਣ ਇਹਦੇ ਪਿੱਛੇ ਕਾਰਨ ਦੋ ਹੋ ਸਕਦੇ ਆ ਜੀ ਇੱਕ ਤਾਂ ਇਹ ਵੀ ਕਾਰਨ ਹੋ ਸਕਦਾ ਹੈ ਪਿੱਛੇ ਜੇ ਅਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਕਾਉਂਸਲਰਾਂ ਦੀਆਂ 14 ਸੀਟਾਂ ਜਿੱਤ ਗਈ ਸੀ ਭਾਵੇਂ ਮੇਅਰ ਨਹੀਂ ਬਣਿਆ ਆਮ ਆਦਮੀ ਪਾਰਟੀ ਤੋਂ ਮੇਅਰ ਭਾਜਪਾ ਨੇ ਆਪਣਾ ਬਣਾਇਆ ਹੁਣ ਕਿਤੇ ਨਾ ਕਿਤੇ ਬੀਜੇਪੀ ਦੀ ਕੋਸ਼ਿਸ਼ ਹੋਣੀ ਹੈ ਵੀ ਅਸੀਂ ਪਾਰਲੀਮੈਂਟ ਦੀ ਸੀਟ ਵੀ ਇੱਥੋਂ ਜਿੱਤਣੀ ਆਉਂਦੇ ਸਮੇਂ ਚ ਔਰ ਅਸੀਂ ਮੁਲਾਜ਼ਮਾਂ ਨੂੰ ਇਸ ਤਰੀਕੇ ਨਾਲ ਕੇਂਦਰ ਦੇ ਅਧੀਨ ਲਿਆਈਏ ਤਾਂ ਕਿ ਉਹਨਾਂ ਦੇ ਉਹਨਾਂ ਦੇ ਫਾਇਦੇ ਵਧ ਜਾਣ ਇਹਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਚਾਹਨਾ ਵਾਲੇ ਲੋਕਾਂ ਦੀ ਗਿਣਤੀ ਉੱਥੇ ਵਧੂਗੀ ਔਰ ਜਗਦੀਸ਼ ਜੀ ਇੱਕ ਗੱਲ ਮੈਂ ਹੋਰ ਦੱਸਦਾ ਪੋਲਿਟੀਕਲ ਲੋਕ ਚਾਹੇ ਵਿਰੋਧ ਕਰੀ ਜਾਣ ਦੇਖੋ ਪੰਜਾਬ ਦੇ ਹੱਥੋਂ ਚੰਡੀਗੜ੍ਹ ਤਾਂ ਪਹਿਲਾਂ ਹੀ ਗਿਆ ਹੋਇਆ ਸਾਂਝੀ ਰਾਜਧਾਨੀ ਹੈ ਪੱਕੀ ਰਾਜਧਾਨੀ ਹੁਣ ਹੁਣ ਵਾਪਸ ਆਉਣਾ ਚੰਡੀਗੜ੍ਹ ਦਾ ਪੰਜਾਬ ਦੀ ਰਾਜਧਾਨੀ ਦੇ ਤੌਰ ਤੇ ਮੈਨੂੰ ਬੜਾ ਔਖਾ ਲੱਗਦਾ ਕਿਉਂਕਿ ਆਮ ਆਦਮੀ ਪਾਰਟੀ ਵੀ ਚੰਡੀਗੜ੍ਹ ਨੂੰ ਲੈ ਕੇ ਪੰਜਾਬ ਨੂੰ ਦਵਾਉਣ ਲਈ ਕੋਈ ਲੜਾਈ ਲੜੂ ਜੀ ਇਹ ਕੋਈ ਏਜੰਡਾ ਜਾਂ ਸੋਚ ਆਮ ਆਦਮੀ ਪਾਰਟੀ ਦੀ ਦਿਖੀ ਨਹੀਂ ਜੀ ਹਾਲਾਂਕਿ ਇਹ ਜ਼ਿੰਮੇਵਾਰੀ ਤਾਂ ਬਣਦੀ ਸੀ ਬਾਦਲਾਂ ਦੀ ਕੈਪਟਨਾਂ ਦੀ ਵੀ ਚੰਡੀਗੜ੍ਹ ਪੰਜਾਬ ਨੂੰ ਦਵਾਉਂਦੇ ਪੂਰਨ ਰਾਜਧਾਨੀ ਦੇ ਤੌਰ ਤੇ ਮਸਲਾ ਨਿਬੇੜਦੇ ਜੀ ਪਰ ਉਹ ਨਿਪਟਾਰਾ ਨਹੀਂ ਕਰ ਸਕੇ ਆਪ ਤੋਂ ਵੀ ਮੈਂ ਉਮੀਦ ਨਹੀਂ ਕਰਦਾ ਵੀ ਇਹ ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦੇ ਦੇਣਗੇ ਸੋ ਇਸ ਕਰਕੇ ਅਸੀਂ ਇਹ ਮੰਨੀਏ ਕਿ ਚੰਡੀਗੜ੍ਹ ਪੰਜਾਬ ਦੇ ਕੰਟਰੋਲ ਚੋਂ ਹੌਲੀ-ਹੌਲੀ ਗਿਆ ਤੇ ਨਾਮ ਦੀ ਸਾਡੀ ਸਾਂਝੀ ਰਾਜਧਾਨੀ ਆ ਸਾਂਝੀ ਰਾਜਧਾਨੀ ਜੀ ਹੁਣ ਕਿਉਂਕਿ ਮੁਲਾਜ਼ਮ ਨੇ ਜਿਹੜੇ ਉੱਥੋਂ ਦੇ ਉਹ ਤਾਂ ਖੁਸ਼ ਹੋਣਗੇ ਉੱਥੇ ਪੁਲਿਸ ਨੂੰ ਸਹੂਲਤਾਂ ਮਿਲਣਗੀਆਂ ਕੱਲ 1500 ਦੇ ਕਰੀਬ ਕੁਆਟਰ ਅਕਮੋਡੇਸ਼ਨ ਘਰ ਮਿਲੇ ਪੁਲਿਸ ਦੇ ਮੁਲਾਜ਼ਮਾਂ ਨੂੰ ਅਫਸਰਾਂ ਨੂੰ ਉੱਥੋਂ ਦੇ ਮੁਲਾਜ਼ਮਾਂ ਨੂੰ ਕਈ ਸਹੂਲਤਾਂ ਮਿਲਣਗੀਆਂ ਉੱਥੋਂ ਦੇ ਮੁਲਾਜ਼ਮ ਕਿਉਂ ਚਾਹਣਗੇ ਕਿ ਪੰਜਾਬ ਦਾ ਅਧਿਕਾਰ ਇੱਥੇ ਜ਼ਿਆਦਾ ਹੋ ਜੇ ਹਰ ਵਿਅਕਤੀ ਨੇ ਪਹਿਲਾਂ ਆਪਣਾ ਘਰ ਦੇਖਣਾ ਹੈ ਹੁਣ ਜਿਹੜੇ ਉਥੋਂ ਦੇ ਮੁਲਾਜ਼ਮ ਨੇ ਉਹ ਨਿਸ਼ਚਿਤ ਤੌਰ ਦੇ ਉੱਤੇ ਖੁਸ਼ ਹੋਣਗੇ ਜਗਦੀਸ਼ ਜੀ ਸੋ ਇਸ ਕਰਕੇ ਪੰਜਾਬ ਨੇ ਉਸ ਤਰੀਕੇ ਦੀ ਵਿਵਸਥਾ ਨਹੀਂ ਬਣਾਈ ਦੇਖੋ ਚੰਡੀਗੜ੍ਹ 'ਚ ਤਾਂ ਬਿਜਲੀ ਵੀ ਸਸਤੀ ਹੈ ਮੈਂ ਤਾਂ ਰਹਾਂ ਚੰਡੀਗੜ੍ਹ ਚੰਡੀਗੜ੍ਹ 'ਚ ਬਿਜਲੀ ਵੀ ਸਸਤੀ ਹੈ ਕਿਰਾਏ ਵੀ ਘੱਟ ਹੈ ਮੈਂ ਕਿਰਾਏ ਤੇ ਰਹਿੰਦਾ ਸੀ ਪੰਜਾਬ ਦੇ ਮੁਕਾਬਲੇ ਹਰ ਸਹੂਲਤ ਚੰਡੀਗੜ੍ਹ ਸਸਤੀ ਹੈ ਜਾਂ ਤਾਂ ਪੰਜਾਬ ਇਸ ਤਰੀਕੇ ਦੀ ਸਥਿਤੀ ਬਣਾ ਕੇ ਰੱਖਦਾ ਕਿ ਮੁਹਾਲੀ ਪੰਚਕੁਲਾ ਜਿਹੜੇ ਆਲੇ ਦੁਆਲੇ ਦੇ ਇਲਾਕੇ ਆ ਜਾਂ ਮੁਹਾਲੀ ਹੈ ਮੁਹਾਲੀ ਚ ਵੀ ਚੰਡੀਗੜ੍ਹ ਵਰਗੀ ਵਰਗੀਆਂ ਸਹੂਲਤਾਂ ਦਿੱਤੀਆਂ ਹੁੰਦੀਆਂ ਪੰਜਾਬ ਨੇ ਚੰਡੀਗੜ੍ਹ ਦੀ ਬਿਜਲੀ ਮਹਿੰਗੀ ਚੰਡੀਗੜ੍ਹ ਚ ਪੈਟਰੋਲ ਸਸਤਾ ਲੋਕ ਪੈਟਰੋਲ ਪਾਉਣ ਉੱਥੇ ਚਲੇ ਜਾਂਦੇ ਸੀ ਚੰਡੀਗੜ੍ਹ ਚ ਸ਼ਰਾਬ ਦੀ ਪਾਲਿਸੀ ਪੰਜਾਬ ਤੇ ਹਰਿਆਣੇ ਨਾਲੋਂ ਸ਼ਰਾਬ ਸਸਤੀ ਰੈਵਨਿਊ ਜ਼ਿਆਦਾ ਕਿਉਂਕਿ ਉਹ ਡਿਸਟ੍ਰਿਬਿਊਸ਼ਨ ਹੈ ਇਸ ਤਰੀਕੇ ਦਾ ਨੈਟਵਰਕ ਇਸ ਤਰੀਕੇ ਦਾ ਜਿਵੇਂ ਨਵਜੋਤ ਸਿੰਘ ਸਿੱਧੂ ਦਾ ਸਿੱਧੂ ਮਾਡਲ ਹੈ ਜੀ ਕਿ ਤੁਸੀਂ ਪੋਲੀਟੀਕਲ ਦਖਲਅੰਦਾਜ਼ੀ ਤੋਂ ਮੁਕਤ ਕਰ ਦਿਓ ਸ਼ਰਾਬ ਦਿੱਲੀ 'ਚ ਵੀ ਸ਼ਰਾਬ ਦਾ ਕਾਰੋਬਾਰ ਪੋਲਿਟਿਕਲ ਲੋਕਾਂ ਦੇ ਹੱਥ 'ਚ ਹੀ ਹੈ ਤੇ ਜੇ ਹੁਣ ਆਮ ਆਦਮੀ ਪਾਰਟੀ ਵਾਲੇ ਵੀ ਪੰਜਾਬ 'ਚ ਸ਼ਰਾਬ ਦਾ ਕੰਮ ਪੋਲਿਟਿਕਲ ਲੋਕਾਂ ਹੱਥੋਂ ਨਾ ਕੱਢ ਸਕੇ ਤੇ ਸ਼ੁੱਧ ਵਪਾਰੀਆਂ ਹੱਥ ਨਾ ਦੇ ਸਕੇ ਤੇ ਪੰਜਾਬ 'ਚ ਵੀ ਉਹੀ ਰੌਲਾ ਰਹਿਣਾ ਕਮਾਈ ਨਹੀਂ ਹੋਣੀ ਫਿਰ ਸ਼ਰਾਬ ਤੋਂ ਜੀ ਇਹ ਗਰੰਟੀਆਂ ਗਰੰਟੀਆਂ ਸੁਪਨਾ ਵੀ ਬਣ ਸਕਦੀਆਂ ਨੇ ਜੀ ਕਿਉਂਕਿ ਡਿਲੀਵਰ ਕਰਨਾ ਪੈਣਾ ਸੋ ਪੰਜਾਬ ਦੀਆਂ ਸਮੇਂ ਦੀਆਂ ਸਰਕਾਰਾਂ ਨੇ ਅਕਾਲੀ ਦਲ ਨੇ ਵੀ ਕਾਂਗਰਸ ਨੇ ਵੀ ਭਾਜਪਾ ਇਹ ਪੰਜਾਬ ਵਾਲਿਆਂ ਨੇ ਵੀ ਚੰਡੀਗੜ੍ਹ ਨੂੰ ਡਿਲੀਵਰੀ ਨਹੀਂ ਕੀਤਾ ਤੇ ਚੰਡੀਗੜ੍ਹ ਤੋਂ ਸਿੱਖਿਆ ਨਹੀਂ ਲਈ ਮੁਹਾਲੀ ਲਈ ਆਸ-ਪਾਸ ਦੇ ਇਲਾਕਿਆਂ ਲਈ ਵੀ ਅਸੀਂ ਚੰਡੀਗੜ੍ਹ ਦੀ ਤਰਜ਼ ਤੇ ਹੀ ਮੁਹਾਲੀ ਮੁਹਲੀ ਵਿਕਸਿਤ ਕਰ ਲਈਏ ਨਹੀਂ ਹੋਏ ਜੀ ਸੋ ਇਸ ਕਰਕੇ ਫੈਸਲੇ ਤਾਂ ਹੋ ਗਏ ਹੁਣ ਬਾਕੀ ਸਿਆਸਤ ਹੈ ਸਿਆਸਤ ਹੁੰਦੀ ਰਹਿਣੀ ਹੈ ਹੁਣ ਤੁਸੀਂ ਦੇਖੋ ਜਿਹੜੀ ਮਹਿਲਾਵਾਂ ਲਈ ਚਾਈਲਡ ਕੇਅਰ ਦੀ ਛੁੱਟੀ ਹੈ ਜੀ ਉਹ 1 ਸਾਲ ਦੀ ਸੀ ਉਹ 2 ਸਾਲ ਦੀ ਹੋ ਗਈ ਸਾਡੀਆਂ ਮਹਿਲਾਵਾਂ ਨੂੰ ਕਿੰਨਾ ਉੱਥੇ ਫਾਇਦਾ ਇਹਦੇ ਨਾਲ ਹੋਊਗਾ ਔਰ ਪੁਲਿਸ ਹੋਰ ਆਧੁਨਿਕ ਹੋਜੂਗੀ ਉੱਥੇ ਸੋ ਇਸ ਕਰਕੇ ਉੱਥੋਂ ਦੇ ਲੋਕ ਤਾਂ ਖੁਸ਼ ਹੋਣਗੇ ਜਗਦੀਸ਼ ਜੀ ਜੀ ਡੱਲਾ ਸਾਹਿਬ ਜੀ ਗਰੰਟੀਆਂ ਦੇ باوجود ਪੰਜਾਬ ਦੇ ਵਿੱਚ ਡੱਲਾ ਸਾਹਿਬ ਪ੍ਰਦਰਸ਼ਨ ਸ਼ੁਰੂ ਹੋ ਗਏ ਮੁਲਾਜ਼ਮਾਂ ਦੇ ਵੀ ਹੋਰ ਵਰਗਾਂ ਦੇ ਵੀ ਕੀ ਆਉਂਦੇ ਦਿਨਾਂ ਦੇ ਵਿੱਚ ਸਾਨੂੰ ਹੋਰ ਤੇਜ਼ ਪ੍ਰਦਰਸ਼ਨ ਦੇਖਣ ਨੂੰ ਮਿਲਣਗੇ ਤੇ ਇਹ ਵੀ ਦੱਸਣਾ ਕਿ ਨਰਿੰਦਰ ਮੋਦੀ ਤੇ ਭਗਵੰਤ ਮਾਨ ਦੀ ਮੁਲਾਕਾਤ ਤੋਂ ਬਾਅਦ ਇਹ ਵੀ ਗੱਲਾਂ ਸੁਣਨ ਚ ਆ ਰਹੀਆਂ ਨੇ ਕਿ ਅਰਵਿੰਦ ਕੇਜਰੀਵਾਲ ਨਰਾਜ਼ ਚੱਲ ਰਹੇ ਨੇ ਡੱਲਾ ਸਾਹਿਬ ਦੇਖੋ ਪਹਿਲਾਂ ਤਾਂ ਮੈਂ ਦੱਸਦਾ ਕੀ ਜਿਹੜੀਆਂ ਗਰੰਟੀਆਂ ਸੀ ਸਿਰਫ ਕਲਪਨਾ ਤੇ ਆਧਾਰਿਤ ਤਾਂ ਨਹੀਂ ਸੀ ਜੀ ਜਿਵੇਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਵੀ ਜੇ ਅਸੀਂ ਆਗੇ ਤਾਂ ਅਸੀਂ ਆ ਕਰ ਦਾਂਗੇ ਅਸੀਂ ਆਗੇ ਤੇ ਅਸੀਂ ਆ ਕਰ ਦਾਂਗੇ ਉਹਦੇ ਪਿੱਛੇ ਕੋਈ ਠੋਸ ਯੋਜਨਾ ਨਹੀਂ ਹੁੰਦੀ ਜੀ ਹੁਣ ਜਿਸ ਤਰ੍ਹਾਂ ਨਾਲ ਗਰੰਟੀਆਂ ਦਿੱਤੀਆਂ ਗਈਆਂ ਹੁਣ ਪਿਛਲੀ ਐਕਸਾਈਜ਼ ਪਾਲਿਸੀ ਨੂੰ 3 ਮਹੀਨੇ ਲਈ ਵਧਾ ਦਿੱਤਾ ਗਿਆ ਮਾਈਨਿੰਗ ਪਾਲਿਸੀ ਲਈ 6 ਮਹੀਨੇ ਦਾ ਸਮਾਂ ਹੁਣ ਐਕਸਾਈਜ਼ ਪਾਲਿਸੀ ਦੇ ਵਿੱਚ ਕੀ ਚਾਹੀਦਾ ਤੇ ਇਹ ਵੀ ਜਿਹੜੀ ਨਵੀਂ ਐਕਸਾਈਜ਼ ਪਾਲਿਸੀ ਆ ਉਹਦੇ ਵਿੱਚ ਐਲ 13 ਬੇਰੋਜ਼ਗਾਰਾਂ ਨੂੰ ਮਿਲਣ ਸ਼ਰਾਬ ਦਾ ਪ੍ਰਬੰਧ ਸਰਕਾਰੀ ਕਾਰਪੋਰੇਸ਼ਨ ਕਰੇ ਜੀ ਜੇ ਸ਼ਰਾਬ ਵੇਚਣੀ ਹੈ ਤੇ ਸਰਕਾਰੀ ਤੌਰ ਤੇ ਪ੍ਰਬੰਧ ਹੋਵੇ ਸਰਕਾਰੀ ਦੁਕਾਨਾਂ ਹੋਣ ਮੁਲਾਜ਼ਮਾਂ ਨੂੰ ਇਮਪਲॉयਮੈਂਟ ਆਵੇ ਜੀ ਤੇ ਰੈਵਨਿਊ ਆਵੇ ਤੇ ਐਕਸਾਈਜ਼ ਦੀ ਚੋਰੀ ਬੰਦ ਹੋਵੇ ਨਕਲੀ ਸ਼ਰਾਬ ਦਾ ਕਾਰੋਬਾਰ ਬੰਦ ਹੋਵੇ ਪੋਲਿਟਿਕਲ ਲੀਡਰਾਂ ਦੇ ਹੱਥੋਂ ਸ਼ਰਾਬ ਲੈ ਲਓ ਪੋਲਿਟਿਕਲ ਲੀਡਰਾਂ ਕੋਲੇ ਬਹੁਤ ਕੁਝ ਹੈ ਸਧਾਰਨ ਵਪਾਰੀ ਨੇ ਜਿਹੜੇ ਉਹ ਵਪਾਰੀਆਂ ਨੂੰ ਕੰਮ ਕਰਨ ਦਿਓ ਨਵੇਂ ਵਪਾਰੀ ਪੈਦਾ ਹੋਣ ਸ਼ਰਾਬ ਨੂੰ ਬਿਜ਼ਨਸਮੈਨ ਹੋਰ ਅੱਗੇ ਆ ਕੇ ਕੰਮ ਕਰਨ ਫਿਰ ਤਾਂ ਗੱਲ ਸਮਝ ਆਉਂਦੀ ਹੈ ਤੇ ਸਰਕਾਰੀ ਸਰਕਾਰੀ ਕਾਰਪੋਰੇਸ਼ਨ ਹੋਵੇ ਫਿਰ ਤਾਂ ਇਹ ਸਮਝ ਆਉਂਦਾ ਵੀ ਇਹ ਗਰੰਟੀ ਕੰਮ ਕਰੂਗੀ ਜੇ ਇੱਥੇ ਵੀ ਲੀਡਰਾਂ ਨੂੰ ਠੇਕੇ ਦੇਣੇ ਵੀ ਕੋਈ ਅਕਾਲੀਆਂ ਨੂੰ ਦੇਤੇ ਕਾਂਗਰਸੀਆਂ ਨੂੰ ਦੇਤੇ ਉਹਨਾਂ ਨੇ ਇਕੱਠੇ ਹੋ ਕੇ ਸਿੰਡੀਕੇਟ ਬਣਾ ਦੇਣਾ ਤੇ ਸ਼ਰਾਬ ਦਾ ਰੇਟ ਚੱਕ ਲੈਣਾ ਦੇਖੋ ਪੰਜਾਬ 'ਚ ਸ਼ਰਾਬ ਦਾ ਰੇਟ ਸਭ ਤੋਂ ਜ਼ਿਆਦਾ ਮੈਂ ਤਾਂ ਕਹਿੰਦਾ ਪੰਜਾਬ 'ਚ ਸ਼ਰਾਬ ਦਾ ਮੁੱਲ ਪੂਰੇ ਦੇਸ਼ ਨਾਲੋਂ ਜ਼ਿਆਦਾ ਹੋਣਾ ਹੈ। ਜੀ। ਤੇ ਰੈਵਨਿਊ ਹੈ ਨਹੀਂ? ਜੀ। ਕਿਉਂ ਜਦੋਂ ਤੁਸੀਂ ਪੋਲੀਟੀਕਲ ਹੱਥਾਂ 'ਚ ਸ਼ਰਾਬ ਦੇ ਦੋਗੇ? ਬੜੇ ਸਿਆਣੇ ਨੇ ਉਹ ਲੋਕ। ਉਹਨਾਂ ਨੇ ਪ੍ਰਾਫਿਟ ਆਪਣੇ ਘਰ ਰੱਖਣਾ ਹੈ ਖਜ਼ਾਨੇ 'ਚ ਕਿਉਂ ਪਾਉਣਾ? ਇਹ ਖਜ਼ਾਨਾ ਖਾਲੀ ਕਿਉਂ ਹੈ? ਇਸੇ ਕਰਕੇ ਖਾਲੀ ਹੈ ਕਿ ਪੁਰਾਣੀਆਂ ਸਰਕਾਰਾਂ ਨੇ ਸਾਰੇ ਕੰਮ ਵੀ ਲੀਡਰਾਂ ਨੂੰ ਦਿੱਤੇ। ਪੈਨਸ਼ਨ ਤੁਸੀਂ ਬੰਦ ਕੀਤੀ ਭਗਵੰਤ ਮਾਨ ਜੀ ਚੰਗੀ ਗੱਲ ਹੈ। ਆ ਸਰਕਾਰੀ ਪੋਲਿਟਿਕਲ ਲੀਡਰਾਂ ਕੋਲੇ ਜਿੰਨੇ ਸ਼ਰਾਬ ਦੇ ਠੇਕੇ ਆ ਇਹ ਬੰਦ ਕਰੋ ਪਰ ਤੁਸੀਂ ਤਾਂ ਦਿੱਲੀ 'ਚ ਵੀ ਤੁਹਾਡੀ ਸਰਕਾਰ ਨੇ ਲੀਡਰਾਂ ਨੂੰ ਠੇਕੇ ਦੇ ਰੱਖੇ ਕਈ ਕਈ ਠੇਕੇ ਲੀਡਰਾਂ ਕੋਲੇ ਆ ਦਿੱਲੀ 'ਚ ਵੀ ਸੋ ਅਗਰ ਦਿੱਲੀ 'ਚ ਪਹਿਲਾਂ ਸਰਕਾਰੀ ਸੀ ਹੁਣ ਪ੍ਰਾਈਵੇਟ ਕਰਤੀ ਪੰਜਾਬ 'ਚ ਪਹਿਲਾਂ ਹੀ ਪ੍ਰਾਈਵੇਟ ਹੈ ਸੋ ਸ਼ਰਾਬ ਦੀ ਪਾਲਿਸੀ ਤੇ ਆਮ ਆਦਮੀ ਪਾਰਟੀ ਦਾ ਦਿੱਲੀ ਮਾਡਲ ਕਲੀਅਰ ਨਹੀਂ ਹੈ ਜਗਦੀਸ਼ ਜੀ ਜੀ ਇਸ ਕਰਕੇ ਮੈਂ ਕਹਿੰਦਾ ਵੀ ਕਿਤੇ ਗਾਰੰਟੀਆਂ ਕਲਪਨਾ ਤੇ ਆਧਾਰਿਤ ਤਾਂ ਨਹੀਂ ਸੀ ਇਹ ਕੱਪੜਛਾਣ ਹੋਰ ਵੀ ਕਰਨਗੇ ਲੋਕ ਹੋਰ ਬੜੇ ਬੁੱਧੀਜੀਵੀ ਲੋਕ ਇਸ ਚੀਜ਼ ਨੂੰ ਸਮਝਦੇ ਹੋਣਗੇ ਤਾਹੀਂ ਪੰਜਾਬ ਬਾਹਰ ਨਿਕਲੂਗਾ ਕਿਉਂਕਿ ਕਮਾਈ ਲਈ ਆਮ ਆਦਮੀ ਪਾਰਟੀ ਕਹਿੰਦੀ ਸੀ ਅਸੀਂ ਸ਼ਰਾਬ ਤੋਂ ਕਰਪਸ਼ਨ ਰੋਕਾਂਗੇ ਪੈਸੇ ਕਮਾਵਾਂਗੇ ਅਸੀਂ ਰੇਤੇ ਤੋਂ ਮਾਈਨਿੰਗ ਤੋਂ ਹੁਣ ਇਹ ਦੋ ਸੈਗਮੈਂਟ ਵੱਡੇ ਹੈ ਜੀ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਜਿਹੜੇ ਕੇਜਰੀਵਾਲ ਨਾਰਾਜ਼ ਨੇ ਉਹ ਮੈਨੂੰ ਲੱਗਦਾ ਉਹ ਇਸ ਕਰਕੇ ਨਾਰਾਜ਼ ਨੇ ਕਿ ਭਗਵੰਤ ਮਾਨ ਹੋਣਾ ਨੇ ਜਦੋਂ ਨਰਿੰਦਰ ਮੋਦੀ ਨੂੰ ਕਿਹਾ ਵੀ ਸਾਨੂੰ 1 ਲੱਖ ਕਰੋੜ ਦਿਓ 50 50 ਹਜ਼ਾਰ ਕਰੋੜ ਦਿਓ ਕਿ ਕਿ ਅਰਵਿੰਦ ਕੇਜਰੀয়াল ਜੀ ਵੀ ਮੋਦੀ ਸਾਹਿਬ ਬਾਰੇ ਜ਼ਿਆਦਾ ਤਤਤਾ ਨਹੀਂ ਸੀ ਬੋਲਦੇ ਪਿਛਲੇ ਸਾਲ ਡੇਢ ਸਾਲ ਤੋਂ ਮੈਂ ਦੇਖਿਆ ਜੀ ਤੇ ਨਰਿੰਦਰ ਮੋਦੀ ਸਾਹਿਬ ਵੀ ਕੇਜਰੀয়াল ਸਾਹਿਬ ਬਾਰੇ ਕੋਈ ਤਤਤਾ ਨਹੀਂ ਸੀ ਬੋਲਦੇ ਪਿਛਲੇ ਸਾਲ ਡੇਢ ਸਾਲ ਤੋਂ ਮੇਰਾ ਅੰਦਾਜ਼ਾ ਹੈ ਤੇ ਜਦੋਂ ਭਗਵੰਤ ਮਾਨ ਪੈਸੇ ਮੰਗਣ ਗਏ ਕਿਉਂਕਿ ਖਜ਼ਾਨੇ ਦੀ ਸਥਿਤੀ ਪਤਾ ਲੱਗੀ ਭਗਵੰਤ ਮਾਨ ਨੂੰ ਵੀ ਇੱਥੇ ਤਾਂ ਹੈ ਹੀ ਕੁਝ ਨਹੀਂ ਭਾਈ ਇਹ ਤਾਂ ਸੱਚਮੁੱਚ ਹੀ ਖਾਲੀ ਹੈ ਜੀ ਤੇ ਫਿਰ ਆ ਭਰਤੀਆਂ ਕਿੱਦਾਂ ਕਰਨੀਆਂ ਐ ਨੌਕਰੀਆਂ ਕਿਵੇਂ ਦੇਣੀਆਂ ਐ ਕੱਚਿਆਂ ਨੂੰ ਪੱਕੇ ਕਿਵੇਂ ਕਰਨਾ ਐ ਤੇ ਧਰਨੇ ਤਾਂ ਹੀ ਸ਼ੁਰੂ ਹੋ ਗਏ ਜਗਦੀਸ਼ ਜੀ ਕਿਉਂਕਿ ਧਰਨਾਕਾਰੀਆਂ ਨੂੰ ਇਹ ਹੋ ਗਿਆ ਵੀ ਬਾਦਲ ਵੀ ਕਹਿੰਦਾ ਸੀ ਪੱਕੇ ਕਰ ਤੇ ਕਾਨੂੰਨ ਬਣਾ ਕੇ ਚੰਨੀ ਵੀ ਕਹਿੰਦਾ ਸੀ ਮੈਂ ਕਾਨੂੰਨ ਪਾਸ ਕਰਦਾ ਵਿਧਾਨ ਸਭਾ ਚ ਪੱਕੇ ਕਰ ਦੂੰ ਤੇ ਹੁਣ ਭਗਵੰਤ ਮਾਨ ਸਾਹਿਬ ਕਹਿੰਦੇ ਮੈਂ ਚੀਫ ਸੈਕਟਰੀ ਨੂੰ ਹੁਕਮ ਲਾਤਾ ਵੀ ਕਾਨੂੰਨ ਦਾ ਖਰੜਾ ਬਣਾਓ ਵਿਧਾਨ ਸਭਾ ਚ ਕਾਨੂੰਨ ਬਣਾਓ ਨੌਕਰੀਆਂ ਪੱਕੀਆਂ ਕਰੋ ਜੀ ਤੇ ਕੱਚੇ ਅਧਿਆਪਕਾਂ ਦੀਆਂ ਯੂਨੀਅਨਾਂ ਦੇ ਦਿਮਾਗ ਚ ਚਿੰਤਾ ਆ ਗਈ ਵੀ ਅਗਲਾ ਵਿਧਾਨ ਸਭਾ ਸੈਸ਼ਨ 3 ਮਹੀਨੇ ਬਾਅਦ ਹੈ ਜੀ ਜਦੋਂ ਬਜਟ ਪੇਸ਼ ਹੋਣਾ ਹੈ ਵੀ ਉਹੋਂ ਤੱਕ ਦਬਾਅ ਬਣਾਈ ਰੱਖੋ ਸਰਕਾਰ ਨੂੰ ਗਰੰਟੀ ਯਾਦ ਰਵੇ ਨਹੀਂ ਤਾਂ ਸਰਕਾਰਾਂ ਮਹੀਨੇ ਡੇਢ ਮਹੀਨੇ ਚ ਭੁੱਲ ਜਾਂਦੀਆਂ ਕਈ ਵਾਰੀ ਸੋ ਇਸ ਕਰਕੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਧਰਨੇ ਪ੍ਰਦਰਸ਼ਨਾਂ ਤੇ ਆ ਗਈਆਂ ਜੀ ਕਈ ਥਾਂ ਪੰਜਾਬ ਚ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਸੋ ਇਸ ਕਰਕੇ ਹਾਂ ਇਹ ਹੈ ਕਿ ਦੂਸਰਿਆਂ ਨਾਲੋਂ ਫਰਕ ਇਹ ਹੈ ਵੀ ਹਜੇ ਤੱਕ ਉਹਨਾਂ ਨੇ ਰਸਤੇ ਨਹੀਂ ਜਾਮ ਕਰਨੇ ਸ਼ੁਰੂ ਕੀਤੇ ਜੀ ਕਿਉਂਕਿ ਅਗਰ ਜਾਮ-ਜੂਮ ਲੱਗਣ ਲੱਗ ਗਏ ਫਿਰ ਸਥਿਤੀਆਂ ਸੁਰਖੀਆਂ ਬਣਨਗੀਆਂ ਅਖਬਾਰਾਂ ਚ ਟੀਵੀਾਂ ਚ ਸੋ ਕੇਜਰੀਵਾਲ ਸਾਹਿਬ ਇਸ ਗੱਲ ਤੋਂ ਨਾਰਾਜ਼ ਨਹੀਂ ਕਿ ਮੋਦੀ ਸਾਹਿਬ ਨੇ ਇਨਕਾਰ ਕਿਉਂ ਕਰਤਾ 50-50 ਹਜ਼ਾਰ ਰੁਪਏ ਦੇਣ ਤੋਂ ਕਿਉਂਕਿ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਲੱਗਦਾ ਸੀ ਵੀ ਜੇ ਨਰਿੰਦਰ ਮੋਦੀ ਹੋਣੇ 50-50 ਹਜ਼ਾਰ ਦੇ ਦਿੰਦੇ ਨੇ ਤੇ ਪੰਜਾਬ 'ਚ ਉਹ 1000 ਰੁਪਏ ਖਾਤੇ 'ਚ ਪਾਉਣ ਵਾਲਾ ਕੰਮ ਸ਼ੁਰੂ ਕਰ ਦੇਣਗੇ ਕਿਉਂਕਿ 12000 ਕਰੋੜ ਦਾ ਹੀ ਖਰਚਾ ਹੈ ਸਾਲ ਦਾ ਵੀ ਜੇ 50 ਹਜ਼ਾਰ ਮਿਲ ਗਏ 12000 ਤਾਂ ਸ਼ੁਰੂ ਕਰੋ ਸਕੀਮ 1000 ਰੁਪਏ ਮਹਿਲਾਵਾਂ ਦੇ ਖਾਤੇ 'ਚ ਗਾਰੰਟੀ ਪੂਰੀ ਹੋਗੀ 300 ਯੂਨਿਟ ਮੁਫਤ ਬਿਜਲੀ ਦੇ ਦਿਓ ਗਾਰੰਟੀ ਪੂਰੀ ਹੋਗੀ ਹੁਣ ਬੀਜੇਪੀ ਦੇ ਲੀਡਰਾਂ ਨੇ ਸੋਚਿਆ ਹੋਣਾ ਵੀ ਤੁਸੀਂ ਗਰੰਟੀਆਂ ਦਿੱਤੀਆਂ ਨੇ 300 ਜੁਨਟ ਮੁਫਤ 1000 ਰੁਪਏ ਖਾਤੇ ਚ ਤੇ ਪੈਸੇ ਤੁਸੀਂ ਸਾਡੇ ਕੋਲੋਂ ਮੰਗਣ ਆ ਗਏ ਜੀ ਹਾਲਾਂਕਿ ਮੰਗ ਸਕਦਾ ਸੂਬਾ ਕੇਂਦਰ ਤੋਂ ਕਿਉਂਕਿ ਅਸੀਂ ਟੈਕਸ ਭਰਦੇ ਹਾਂ ਕੇਂਦਰ ਵੀ ਸਾਡਾ ਪਰ ਜਦੋਂ ਵਾਦੇ ਮੁਫਤ ਸਹੂਲਤਾਂ ਦੇ ਦਿੱਤੇ ਹੋਣ ਉਦੋਂ ਕੇਂਦਰ ਵਾਲੀ ਪਾਰਟੀ ਕਿਉਂ ਪੈਸੇ ਦਊ ਬੀਜੇਪੀ ਨੇ ਸੋਚਿਆ ਹੋਣਾ ਜੇ ਇਹਨਾਂ ਨੂੰ ਪੈਸੇ ਦੇ ਵੀ ਦਿੱਤੇ ਤੇ ਇਹਨਾਂ ਨੇ ਤਾਂ ਮੁਫਤ ਸਹੂਲਤਾਂ ਚ ਦੇ ਦੇਣਾ ਹੈ ਜੀ ਤੇ ਦੂਸਰਾ ਸੂਬਾ ਜਦੋਂ ਵੀ ਕਿਸੇ ਸੂਬੇ ਨੂੰ ਕੇਂਦਰ ਜਦੋਂ ਵੀ ਪੈਸੇ ਦਿੰਦਾ ਹੈ ਉਹਦੀ ਇੱਕ ਪ੍ਰਕਿਰਿਆ ਹੈ ਉਹਦੇ ਤੇ ਵਿਆਜ ਵੀ ਲੱਗਦਾ ਹੈ ਕਿਉਂਕਿ ਕੇਂਦਰੀ ਸਕੀਮਾਂ ਚ ਬਹੁਤ ਪੈਸਾ ਕੇਂਦਰ ਦਾ ਆਉਂਦਾ ਹੈ ਸੂਬਿਆਂ ਨੂੰ ਸੂਬੇ ਮੁਕੰਮਲ ਖਰਚ ਵੀ ਨਹੀਂ ਕਰਦੇ ਕਿਸੇ ਕੰਮ ਲਈ ਆਉਂਦੇ ਕਿਸੇ ਕੰਮ ਲਈ ਵਰਤਿਆ ਜਾਂਦਾ ਹੈ ਇਸ ਕਰਕੇ ਟਰੈਕ ਰਿਕਾਰਡ ਵੀ ਮਾੜੇ ਨੇ ਸਰਕਾਰਾਂ ਦੇ ਸੋ ਇਸ ਕਰਕੇ ਕੇਂਦਰੀ ਅਲਸਬ ਨਾਰਾਜ਼ ਹੋਗੇ ਵੀ ਮੋਦੀ ਸਾਹਿਬ ਨੇ ਪੈਸਾ ਨਹੀਂ ਦਿੱਤਾ ਭਗਵੰਤ ਮਾਨ ਨੂੰ ਖਾਲੀ ਹੱਥ ਮੋੜਤਾ ਜੀ ਦਿਲ ਚ ਗੱਲ ਆ ਵੀ ਦਿਲ ਚ ਨਾਰਾਜ਼ਗੀ ਆ ਗਈ ਤਾਂ ਹੀ ਫਿਰ ਜਦੋਂ ਵਿਧਾਨ ਸਭਾ 'ਚ ਭਾਸ਼ਣ ਹੋਇਆ ਜਦੋਂ ਗੱਲ ਕੀਤੀ ਕਿ ਜਿਹੜੀ ਕਸ਼ਮੀਰ ਫਾਈਲ ਫਿਲਮ ਨੂੰ ਟੈਕਸ ਮੁਕਤ ਕਰ ਦੋ ਜੀ ਤੇ ਅਰਵਿੰਦ ਕੇਜਰੀਵਾਲ ਨੇ ਦੱਬ ਕੇ ਪੜਾਸ ਕੱਢੀ ਮੋਦੀ ਸਾਹਿਬ ਤੇ ਔਰ ਬੀਜੇਪੀ ਤੇ ਜੀ ਨਾਂ ਤਾਂ ਨਹੀਂ ਲਿਆ ਸਿੱਧਾ ਮੋਦੀ ਸਾਹਿਬ ਦਾ ਪਰ 56 ਇੰਚ ਦੀ ਸੀਨੇ ਦੀ ਗੱਲ ਕੀਤੀ ਸੀ ਜੀ ਕਹਿੰਦਾ ਵੱਡੀ ਪਾਰਟੀ ਛੋਟੀ ਪਾਰਟੀ ਤੋਂ ਡਰ ਗਈ ਤਿੰਨ ਨਿਗਮਾਂ ਦੇ ਮੁਕਾਬਲੇ ਸੋ ਕੇਜਰੀਵਾਲ ਸਾਹਿਬ ਸਿੱਧੇ ਹੋ ਗਏ ਹੁਣ ਮੋਦੀ ਸਾਹਿਬ ਤੇ ਜੀ ਤੇ ਹੁਣ ਦੋਨੇ ਲੀਡਰਾਂ ਦੇ ਇੱਕ ਦੂਜੇ ਦੇ ਖਿਲਾਫ ਸਾਨੂੰ ਤਿੱਖੇ ਬਿਆਨ ਵੀ ਸੁਣਨ ਨੂੰ ਮਿਲਣਗੇ ਜਗਦੀਸ਼ ਜੀ ਔਰ ਹੁਣ ਇਸ ਗੱਲ ਤੋਂ ਨਾਰਾਜ਼ ਹੋ ਕੇ ਕੇਦਰੀয়াল ਸਾਹਿਬ ਖੁੱਲਾ ਬੀਜੇਪੀ ਦੇ ਖਿਲਾਫ ਬੋਲਣ ਲੱਗ ਗਏ ਔਰ ਕਸ਼ਮੀਰ ਫਾਈਲਸ ਤੇ ਉਹ ਕਹਿੰਦੇ ਇਹ ਵੀ ਬੀਜੇਪੀ ਵਾਲੇ ਫਿਲਮ ਦੇ ਪ੍ਰੋਡਿਊਸਰ ਨੂੰ ਕਹਿਣ ਡਾਇਰੈਕਟਰ ਨੂੰ ਕਹਿਣ ਵੀ YouTube ਤੇ ਅਪਲੋਡ ਕਰ ਦਿਓ ਜੀ ਲੋਕਾਂ ਨੂੰ ਫ੍ਰੀ ਦਿਖਾ ਦਿਓ ਪਰ ਦੂਜੇ ਪਾਸੇ ਪਰ ਦੂਜੇ ਪਾਸੇ ਜਿਹੜੇ ਬੀਜੇਪੀ ਦੇ ਲੀਡਰ ਨੇ ਉਹ ਵੀ ਇਸ ਗੱਲ ਤੋਂ ਨਾਰਾਜ਼ ਨੇ ਵੀ ਤੁਸੀਂ ਕਸ਼ਮੀਰ ਫਾਈਲਸ ਦੇ ਮੁੱਦੇ ਤੇ ਕਹਿਤਾ ਕਿ ਫਿਲਮ ਨੂੰ YouTube ਤੇ ਅਪਲੋਡ ਕਰ ਦੋ ਤੇ ਬੀਜੇਪੀ ਦੇ ਲੀਡਰ ਵੀ ਕਹਿਣ ਲੱਗੇ ਵੀ ਤੁਸੀਂ 50000 ਕਰੋੜ ਰੁਪਇਆ ਭਾਈ ਸਾਡੇ ਤੋਂ ਕਿਉਂ ਮੰਗਦੇ ਹੋ ਜੀ ਸੋ ਇਸ ਕਰਕੇ ਉਹ ਨਕਾਰਨ ਲੱਗੇ ਵੀ ਪਹਿਲਾਂ ਤੁਸੀਂ ਵੱਡੇ ਵੱਡੇ ਵਾਅਦੇ ਗਰੰਟੀਆਂ ਦਿੰਦੇ ਸੀ ਹੁਣ ਤੁਸੀਂ ਪੈਸੇ ਮੰਗਣ ਆ ਗਏ ਕਈ ਲੀਡਰਾਂ ਨੇ ਅਸ਼ੋਨੀ ਸ਼ਰਮਾ ਨੇ ਤਾਂ ਪ੍ਰੈਸ ਕਾਨਫਰੰਸ ਕਰਕੇ ਕਹਿਤਾ ਵੀ ਹੁਣ ਬੀਜੇਪੀ ਵਾਲੇ ਮੋਦੀ ਸਾਹਿਬ ਹੁਣ ਆਪ ਵਾਲੇ ਮੋਦੀ ਸਾਹਿਬ ਕੋਲੇ ਉਥੇ ਭੱਜੇ ਫਿਰਦੇ ਆ ਵੀ ਸਾਨੂੰ 50-50 ਹਜ਼ਾਰ ਕਰੋੜ ਦਿਓ ਜੀ ਸੋ ਇਸ ਕਰਕੇ ਵਿਜ਼ਨ ਪਾਲਿਸੀ ਨੀਤੀਆਂ ਸਪਸ਼ਟ ਨਹੀਂ ਗਾਰੰਟੀਆਂ ਤੇ ਆਮ ਆਦਮੀ ਪਾਰਟੀ ਖੁਦ ਦੁਚਿੱਤੀ ਜੀ ਚ ਲੱਗਦੀ ਆ ਮੈਨੂੰ ਜਗਦੀਸ਼ ਜੀ ਜੀ ਖੁਦ ਦੁਚਿੱਤੀ ਚ ਲੱਗਦੀ ਆ ਕਲੈਰਿਟੀ ਹੋਣੀ ਚਾਹੀਦੀ ਆ ਅਫਸਰਾਂ ਦੇ ਨਾਲ ਮੀਟਿੰਗਾਂ ਕਰੋ ਅਰਵਿੰਦ ਕੇਜਰੀਵਾਲ ਸਲਾਮ ਅਸ਼ਵਰਾ ਕਰਨ ਭਗਵੰਤ ਮਾਨ ਭਗਵੰਤ ਮਾਨ ਕੋਲੇ ਮਹਿਕਮਿਆਂ ਦਾ ਬੋਝ ਇੰਨਾ ਹੈ ਉਹਨਾਂ ਦਾ ਮਹਿਕਮਿਆਂ ਦਾ ਬੋਝ ਘਟਾਓ ਤਾਂ ਕਿ ਭਗਵੰਤ ਮਾਨ ਫ੍ਰੀ ਹੋ ਕੇ ਕੰਮ ਕਰਨ ਮੈਂ ਤਾਂ ਕਹਿੰਦਾ ਭਗਵੰਤ ਮਾਨ ਸਾਹਿਬ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਹ ਗਰੰਟੀਆਂ ਦੀ ਸਾਰੀ ਜ਼ਿੰਮੇਵਾਰੀ ਐਲਾਨ ਭਵੇਂ ਕੇਦਰੀਅਲ ਸਾਹਿਬ ਦੇ ਮੂੰਹੋਂ ਹੋਏ ਲੇਕਿਨ ਜ਼ਿੰਮੇਵਾਰੀ ਬਣ ਗਈ ਭਗਵੰਤ ਮਾਨ ਦੀ ਜੇ ਤਾਂ ਗਰੰਟੀਆਂ ਪੂਰੀਆਂ ਹੋ ਗਈਆਂ ਭਗਵੰਤ ਮਾਨ ਦੀ ਸ਼ੋਭਾ ਜੀ ਜੇ ਨਹੀਂ ਪੂਰੀਆਂ ਹੁੰਦੀਆਂ ਤੇ ਭਗਵੰਤ ਮਾਨ ਦਾ ਸਿਆਸੀ ਨੁਕਸਾਨ ਹੋਊ ਜੀ ਇਸ ਕਰਕੇ ਇਸ ਤਰ੍ਹਾਂ ਬਣੀਆਂ ਹੋਈਆਂ ਨੇ ਜਗਦੀਸ਼ ਜੀ ਡੱਲਾ ਸਾਹਿਬ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਚੋਣ ਹੈ ਜਿਹੜੀ ਇੱਕ ਵਾਰ ਫਿਰ ਤੋਂ ਲਟਕ ਗਈ ਹੈ ਚਰਚੇ ਚੱਲ ਰਹੇ ਸੀ ਕਿ ਜਲਦ ਹੀ ਐਲਾਨ ਹੋ ਸਕਦਾ ਹੈ ਕੀ ਕਾਰਨ ਹੈ ਪ੍ਰਧਾਨ ਦਾ ਐਲਾਨ ਕਿਉਂ ਨਹੀਂ ਹੋ ਰਿਹਾ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਹੋਣਾ ਨੇ ਆਪਣੇ ਸਮਰਥਕ ਆਗੂਆਂ ਦੇ ਨਾਲ ਇੱਕ ਮੀਟਿੰਗ ਕੀਤੀ ਹੈ ਸੋਸ਼ਲ ਮੀਡੀਆ ਤੇ ਫੋਟੋ ਵੀ ਵਾਇਰਲ ਹੋ ਰਹੀ ਹੈ ਡੱਲਾ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਪਹਿਲਾਂ ਤਾਂ ਇਹ ਮੀਡੀਆ ਵਾਲੇ ਹੀ ਕਹਿੰਦੇ ਸੀ ਆ ਕਈ ਸਾਡੇ ਮੀਡੀਆ ਵਾਲੇ ਹੀ ਕਹਿੰਦੇ ਸੀ ਵੀ ਅੱਜ ਹੋ ਸਕਦੀ ਹੈ ਨਵੇਂ ਪ੍ਰਧਾਨ ਦੀ ਨਿਯੁਕਤੀ ਕਾਂਗਰਸ ਕੇ ਪੰਜਾਬ ਹਿੰਦੀ ਵਾਲੇ ਹਿੰਦੀ ਚ ਪੰਜਾਬੀ ਵਾਲੇ ਪੰਜਾਬੀ ਚ ਜਦ ਕਿ ਹਜੇ ਤਾਂ ਉਹ ਆਪਣੇ ਰੌਲੇ ਚ ਉਲਦੇ ਹੋਏ ਨੇ ਦਿੱਲੀ ਵਾਲੇ ਜੀ ਇੱਕ ਪਾਸੇ ਜੀ 23 ਐ ਇੱਕ ਪਾਸੇ ਕਈ ਹੋਰ ਗੁੱਟ ਨੇ ਜਿਨ੍ਹਾਂ ਦੇ ਨਾਂ ਨਹੀਂ ਜੀ ਪੰਜਾਬ ਚ ਵੀ ਤਿੰਨ ਚਾਰ ਜੀ ਨੇ ਡੱਲਾ ਸਾਹਿਬ ਇੱਕ ਹੋਰ ਗੁੱਟ ਦੀ ਮੈਂ ਚਰਚਾ ਸੁਣੀ ਪੀ ਕਰਕੇ ਕੋਈ ਗੁੱਟ ਹੈ ਇਹ ਕਿਹੜਾ ਗੁੱਟ ਹੈ ਕਈ ਗੁੱਟ ਨੇ ਪੀ ਗੁੱਟ ਮੈਂ ਤੁਹਾਡੇ ਤੋਂ ਹੀ ਸੁਣ ਰਿਹਾ ਜੀ ਸੋ ਕਈ ਗੁੱਟ ਨੇ ਕਾਂਗਰਸ ਚ ਪੀ ਵੀ ਐ ਜੀ ਵੀ ਐ ਡੀ ਵੀ ਹੋਣਾ ਕੋਈ ਜੀ ਸੋ ਇਸ ਕਰਕੇ ਆਰ ਵੀ ਹੋਣਾ ਅਬ ਸਿੱਧੂ ਨੂੰ ਵੀ ਐਸ ਗੁੱਟ ਕਹੀ ਜਾਂਦੇ ਹੁਣ ਤੱਕ ਕਈ ਹੁਣ ਕਹਿੰਦੇ ਕਿ ਕਾਂਗਰਸ ਇੰਨੀ ਜ਼ਿਆਦਾ ਗੁੱਟਾਂ ਚ ਵੰਡੀ ਪਈ ਐ ਪਹਿਲਾਂ ਤਾਂ ਕੇਂਦਰੀ ਕਾਂਗਰਸ ਕਹਿੰਦੇ ਅਸੀਂ ਇਕੱਠੇ ਹੋ ਜਾਈਏ ਜੀ ਅਸੀਂ ਇੰਨੇ ਗੁੱਟਾਂ ਚ ਆ ਵੀ ਅਸੀਂ ਗੁੱਟ ਕਟਾ ਲਈਏ ਪਹਿਲਾਂ ਤੇ ਜਿਹੜੀ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਚੋਣ ਐ ਮੈਨੂੰ ਇਹ ਲੱਗਦਾ ਜਗਦੀਸ਼ ਜੀ ਹਜੇ ਇਹਨੂੰ ਮਹੀਨਾ 2 ਮਹੀਨੇ ਲੱਗਣਗੇ ਜੀ ਐਡੀ ਛੇਤੀ ਹੱਲ ਹੋਣ ਵਾਲਾ ਮਸਲਾ ਨਹੀਂ ਐ ਕਿਉਂ ਇਹ ਵੀ ਹੋ ਸਕਦਾ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਸੋਚੇ ਇਹ ਵੀ ਹੁਣ ਅਸੀਂ ਪਹਿਲਾਂ ਕੌਮੀ ਪ੍ਰਧਾਨ ਬਣਾ ਲਈਏ ਪਾਰਟੀ ਦੀਆਂ ਚੋਣਾਂ ਕਰਾ ਕੇ ਤੇ ਜਦੋਂ ਕੌਮੀ ਪ੍ਰਧਾਨ ਬਣ ਜੇ ਤੇ ਜਦੋਂ ਪਾਰਟੀ ਦੇ ਮੁਖ ਪ੍ਰਧਾਨ ਦੀ ਚੋਣ ਹੋਣੀ ਹੈ ਉਹਦੇ ਨਾਲ ਨਾਲ ਸੂਬਿਆਂ ਦੇ ਪ੍ਰਧਾਨਾਂ ਦੀ ਚੋਣ ਵੀ ਕਰਾ ਲਈਏ ਇਹ ਵੀ ਵਿਚਾਰ ਆ ਸਕਦਾ ਹੈ ਸੋ ਕਈ ਤਰ੍ਹਾਂ ਦੇ ਫਾਰਮੂਲੇਾਂ ਤੇ ਕਾਂਗਰਸ ਉਲਝੀ ਹੋਈ ਹੈ ਔਰ ਪੰਜਾਬ 'ਚ ਕਈ ਦਾਵੇਦਾਰ ਨੇ ਕਾਂਗਰਸ ਦੀ ਪ੍ਰਧਾਨਗੀ ਤੇ ਕਈ ਦਾਵੇਦਾਰ ਨੇ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਸਾਰੇ ਲੋਕਾਂ ਨੂੰ ਪਤਾ ਹੈ ਨਾਵਾਂ ਦਾ ਔਰ ਕਈ ਗੁੱਟ ਨੇ ਪੰਜਾਬ 'ਚ ਕਾਂਗਰਸ ਦੇ ਜੀ ਉਹ ਵੀ ਦਾਵੇਦਾਰਾਂ ਚੋਂ ਐ ਜਿਨ੍ਹਾਂ ਨੇ ਚਰਨਜੀਤ ਚੰਨੀ ਦੇ ਆਲੇ ਦੁਆਲੇ ਘੇਰਾ ਬਣਾਇਆ ਸੀ ਜਿਹੜੇ ਕਹਿੰਦੇ ਸੀ ਚੰਨੀ ਸਾਹਿਬ ਬਣਾ ਦਿਓ ਬਸ ਸਰਕਾਰ ਆ ਗਈ ਚੰਨੀ ਸਾਹਿਬ ਬਣਾ ਦਿਓ ਬਸ ਸਰਕਾਰ ਆ ਗਈ ਹੁਣ ਉਹ ਚੰਨੀ ਸਾਹਿਬ ਨੂੰ ਛੱਡ ਕੇ ਹੋਰ ਕਿਸੇ ਪਾਸੇ ਲੱਗ ਗਏ ਸੋ ਚੰਨੀ ਦੇ ਆਲੇ ਦੁਆਲੇ ਸੀ ਜਿਹੜੇ ਪਹਿਲਾਂ ਉਹ ਹੁਣ ਕਿਤੇ ਹੋਰ ਵੀ ਕਈ ਤੁਰੇ ਫਿਰਦੇ ਆ ਸੋ ਇਸ ਕਰਕੇ ਕਈ ਗੁੱਟ ਨੇ ਹੁਣ ਤੱਕ ਕਾਂਗਰਸ ਚ ਜੀ ਸਵੇਰੇ ਕਿਤੇ ਹੋਰ ਸ਼ਾਮ ਨੂੰ ਕਿਤੇ ਹੋਰ ਹੁਣ ਕਾਂਗਰਸ ਚੋ ਸਥਿਤੀ ਐ ਜਿਹੜੇ ਲੀਡਰ ਨੂੰ ਜਿਹੜਾ ਜਿੱਥੇ ਮਿਲ ਜੇ ਉਹਦੇ ਨਾਲ ਹੀ ਚੱਲਿਆ ਜਾਂਦਾ ਜੀ ਸੋ ਕਾਂਗਰਸ ਦੀ ਜਿਹੜੀ ਗਰੁੱਪ ਬੰਦੀ ਹੈ ਨਾ ਜੀ ਜੀ ਗਰੁੱਪ ਬੰਦੀ ਉਹ ਬੜੀ ਅਜੀਬੋ ਗਰੀਬ ਹੈ ਇਸ ਵਕਤ ਕਈ ਤਰ੍ਹਾਂ ਦੇ ਹਾਂ ਇਹ ਹੈ ਇੱਕੋ ਹੀ ਵਿਅਕਤੀ ਦੇਖ ਰਿਹਾ ਨਵਜੋਤ ਸਿੰਘ ਸਿੱਧੂ ਜਿਹਦੇ ਨਾਲ 24 25 ਸਾਬਕਾ ਵਿਧਾਇਕ ਦਿਖ ਰਹੇ ਨੇ ਖਹਿਰਾ ਵੀ ਨਾਲ ਜੀ ਕੱਲ ਵਾਲੀ ਸੁਲਤਾਨਪੁਰ ਲੋਧੀ ਵਾਲੀ ਮੀਟਿੰਗ ਚ ਪਰਸੋਂ ਚ ਸੁਖਪਾਲ ਖਹਿਰਾ ਬਲਵਿੰਦਰ ਧਾਰੀਵਾਲ ਦੋ ਵਿਧਾਇਕ ਵੀ ਸੀ ਉੱਥੇ ਹੁਣ ਇਹ ਵੀ ਹੋ ਸਕਦਾ ਕਿ ਕਾਂਗਰਸ ਦੀ ਹਾਈ ਕਮਾਂਡ ਨਵੇਂ ਪ੍ਰਧਾਨ ਦੇ ਨਾਮ ਦੇ ਐਲਾਨ ਤੋਂ ਪਹਿਲਾਂ ਜੀ ਪੰਜਾਬ 'ਚ ਇਹ ਦੇਖ ਲੇ ਵੀ ਜੇ ਕਿਸੇ ਇੱਕ ਵਿਅਕਤੀ ਨੂੰ ਪ੍ਰਧਾਨ ਬਣਾਤਾ ਤਾਂ ਕੀ ਸਥਿਤੀ ਬਣਨੀ ਜੇ ਦੂਸਰੇ ਨੂੰ ਬਣਾਤਾ ਤਾਂ ਕੀ ਸਥਿਤੀ ਬਣਨੀ ਇਹ ਵੀ ਹੋ ਸਕਦਾ ਹੈ ਕਾਂਗਰਸ ਦੀ ਹਾਈ ਕਮਾਂਡ ਸੋਚੇ ਵੀ ਪੰਜਾਬ 'ਚ ਵੋਟਾਂ ਪਾ ਕੇ ਪ੍ਰਧਾਨ ਚੁਣ ਲਓ ਮੈਂ ਤਾਂ ਕਹਿੰਦਾ ਇਹ ਸਭ ਤੋਂ ਜ਼ਿਆਦਾ ਵਧੀਆ ਨਿਯੁਕਤ ਕਰਨ ਨਾਲੋਂ ਜੀ ਕਾਂਗਰਸ ਦੀ ਹਾਈ ਕਮਾਂਡ ਪੰਜਾਬ 'ਚ ਕਾਂਗਰਸੀਆਂ ਦੀਆਂ ਵੋਟਾਂ ਹੀ ਪਾ ਲੈ ਨਾਲੇ ਇਹ ਪਤਾ ਲੱਗ ਜੂ ਕਾਂਗਰਸੀਆਂ ਦੀਆਂ ਵੋਟਾਂ ਕਿੰਨੀਆਂ ਰਹਿ ਗਈਆਂ ਪੰਜਾਬ 'ਚ ਜੀ ਕਿੰਨੇ ਕ ਆਪ ਵਾਲ ਚਲੇ ਗਏ ਕਿੰਨੇ ਕ ਅਕਾਲੀ ਦਲ ਵਾਲ ਕਿੰਨੇ ਕ ਭਾਜਪੀ ਵਾਲ ਚਲੇ ਗਏ ਸੋ ਕਾਂਗਰਸ ਦੀਆਂ ਹੀ ਵੋਟਾਂ ਬਣਾ ਲੈਣੀਆਂ ਚਾਹੀਦੀਆਂ ਨੇ ਕਾਂਗਰਸ ਨੂੰ ਉਹਦੇ ਨਾਲ ਕਾਂਗਰਸ ਸ਼ਾਇਦ ਮਾੜਾ ਮੋਟਾ ਪਤਾ ਲੱਗ ਜੇ ਵੀ ਕਾਂਗਰਸ ਕਿੰਨੀ ਕ ਹੈ ਜੀ ਜ਼ਿਆਦਾ ਤਾਂ ਨਹੀਂ ਇਕੱਠੀ ਜੀ ਹੋਗੀ ਜੀ 18% ਦੇ ਕਰੀਬ ਉਦਾਂ ਵੋਟਾਂ ਪਈਆਂ ਪਰ ਉਸ ਤੋਂ ਬਾਅਦ ਕਹਿੰਦੇ ਬਹੁਤ ਸਾਰੇ ਲੋਕ ਰਿਜ਼ਲਟ ਆਉਣ ਤੋਂ ਬਾਅਦ ਵੀ ਖਿੰਡ ਗਏ ਜੀ ਇਸ ਕਰਕੇ ਕਾਂਗਰਸ ਚ ਹਜੇ ਕੁਝ ਨਹੀਂ ਕਹਿ ਸਕਦੇ ਕੀ ਹੋਣਾ ਹੈ ਜਗਦੀਸ਼ ਜੀ ਆਉਣ ਵਾਲੇ ਸਮੇਂ ਚ ਪਰ ਜੀ ਕਈ ਚੰਗੇ ਲੀਡਰ ਕਾਂਗਰਸ ਚ ਹਜੇ ਹੈਗੇ ਨੇ ਅਗਰ ਕਾਂਗਰਸ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਦੇਉ ਕਿਉਂਕਿ ਚੰਗਿਆਂ ਨੂੰ ਆਲੇ-ਦੁਆਲੇ ਕਰਪਟ ਲੀਡਰ ਵੀ ਘੇਰ ਲੈਂਦੇ ਨੇ ਕਈ ਵਾਰੀ ਹੁਣ ਕਾਂਗਰਸ 'ਚ ਇਹ ਵੀ ਨਹੀਂ ਪਤਾ ਲੱਗਦਾ ਈਮਾਨਦਾਰ ਕਿਹੜਾ ਕਰਪਟ ਕਿਹੜਾ ਜੀ ਕਿਉਂਕਿ ਜਿਹੜਾ ਕਰਪਟ ਹੁੰਦਾ ਉਹ ਮੂਹਰੋਂ ਈਮਾਨਦਾਰ ਦਿਖਦਾ ਜੀ ਸੋ ਇਸ ਕਰਕੇ ਕਾਂਗਰਸ ਦੇ ਲੀਡਰਾਂ ਦੇ ਇਹ ਤਾਂ ਕੋਈ ਮਸ਼ੀਨ ਹੀ ਹੋਣੀ ਚਾਹੀਦੀ ਆ ਵੀ ਉਹਦੇ 'ਚੋਂ ਕਾਂਗਰਸ ਦਾ ਲੀਡਰ ਲੰਗਾਓ ਤੇ ਪਤਾ ਲੱਗ ਜਾਏ ਕਿ ਇਹਦਾ ਸਟੈਂਡ ਕੀ ਹੈ ਇਹ ਕਿਹਦੇ ਨਾਲ ਖੜਾ ਹੈ ਜੀ ਇੱਕ ਕਰਪਟਕ ਨਾਨ ਕਰਪਟਾ ਕੋਈ ਮਸ਼ੀਨ ਮਸ਼ੂਨ ਦੀ ਖੋਜ ਹੋਣੀ ਚਾਹੀਦੀ ਹੈ ਕਾਂਗਰਸੀ ਲੀਡਰਾਂ ਦੀ ਪਰਖ ਕਰਨੀ ਜੀ ਡਲਸਾ ਪਾਈ ਰਾਜੋਆਣ ਆਣਾਂ ਦੀ ਪਟੀਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਬੜੇ ਅਹਿਮ ਨਿਰਦੇਸ਼ ਦਿੱਤੇ ਨੇ ਕਿ 30 April ਤੱਕ ਇਸ ਮਾਮਲੇ ਨੂੰ ਲੈ ਕੇ ਕੋਈ ਨਾ ਕੋਈ ਫੈਸਲਾ ਕੇਂਦਰ ਸਰਕਾਰ ਕਰੇ ਕਿਵੇਂ ਦੇਖਦੇ ਹੋ ਇਸ ਨਿਰਦੇਸ਼ ਨੂੰ ਤੇ ਨਾਲ ਦੀ ਨਾਲ ਇਹ ਵੀ ਦੱਸ ਦੇਣਾ ਡੱਲਾ ਸਾਹਿਬ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਸਿੱਖ ਮੁੱਦਿਆਂ ਨੂੰ ਲੈ ਕੇ ਸਟੈਂਡ ਬਾਰੇ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਬਾਰੇ ਕੀ ਕਹਿਣਾ ਚਾਹੋਗੇ ਡੱਲਾ ਸਾਹਿਬ ਮੈਂ ਪੁਰਾਣੇ ਸਵਾਲ ਦੇ ਦੋ ਲੈਣਾ ਜੋੜਦਾ ਮੇਰਾ ਇਹ ਕਹਿਣ ਦਾ ਮਤਲਬ ਸਾਰੇ ਕਾਂਗਰਸੀ ਵਰਕਰ ਵਲੰਟੀਅਰ ਅਹੁਦੇਦਾਰ ਲੀਡਰ ਕਰਪਟ ਨਹੀਂ ਹੈ ਵਿੱਚ ਇਮਾਨਦਾਰ ਵੀ ਨੇ ਸੋ ਕਰਪਸ਼ਨ ਵਾਲੀ ਗੱਲ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਜਿਹੜੇ ਕਰਪਟ ਨੇ ਉਹਨਾਂ ਤੇ ਲਾਗੂ ਹੁੰਦੀ ਹੈ ਸੋ ਜਿਹੜੇ ਇਮਾਨਦਾਰ ਲੋਕ ਨੇ ਕਾਂਗਰਸ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਪਾਰਟੀ ਹੈ ਜਿਹੜੇ ਇਮਾਨਦਾਰ ਲੋਕ ਨੇ ਉਹਨਾਂ ਅੱਗੇ ਸਿਰ ਚੁੱਕਦਾ ਹੁਣ ਜਗਦੀਸ਼ ਜੀ ਜਿਹੜੇ ਤੁਸੀਂ ਗੱਲ ਕੀਤੀ ਬਹੁਤ ਵੱਡੀ ਕੀਤੀ 2012 ਚ ਪਟੀਸ਼ਨ ਲੱਗੀ ਸੀ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਨੂੰ ਉਮਰ ਕੈਚ ਚ ਤਬਦੀਲ ਕਰਨ ਦੀ ਔਰ ਹੁਣ ਤੱਕ ਬਲਵੰਤ ਸਿੰਘ ਰਾਜਵਾਨਾ 25 ਸਾਲ ਜੇਲ੍ਹ ਚ ਕੱਟ ਚੁੱਕੇ ਹੈ ਇਸੇ ਤਰ੍ਹਾਂ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਲੰਮਾ ਸਮਾਂ ਜੇਲ੍ਹ ਚ ਕੱਟਿਆ 24-25 ਸਾਲ ਜੀ ਸੁਪਰੀਮ ਕੋਰਟ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਚ ਬਦਲੀ ਸੀ ਸੁਪਰੀਮ ਕੋਰਟ ਕੋਲੇ ਅਧਿਕਾਰ ਹੈ ਵੱਖ-ਵੱਖ ਤਰਕ ਸੀ ਉਹਨਾਂ ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਗੁਰਪੁਰ ਵਾਲੇ ਦਿਨ ਜਦੋਂ ਸਿੱਖ ਕੈਦੀਆਂ ਦੀ ਰਿਹਾਈ ਦੀ ਗੱਲ ਕੀਤੀ ਜਿਨ੍ਹਾਂ ਨੇ ਰਿਹਾ ਹੋਣਾ ਸੀ ਉਹਨਾਂ ਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵੀ ਸੀ ਹੁਣ ਉਹ ਦਿੱਲੀ ਦੀ ਸਰਕਾਰ ਕੋਲੇ ਕੇਸ ਪੈਂਡਿੰਗ ਹੈ ਹਜੇ ਜਿਹੜਾ ਰਿਵਿਊ ਕਰਨ ਵਾਲਾ ਹੈ ਸਜਾ ਰਿਵਿਊ ਕਰਨ ਵਾਲਾ ਬੋਰਡ ਹੈ ਉਹ ਚ ਸਤਿੰਦਰ ਜੈਨ ਵੀ ਮੈਂਬਰ ਨੇ ਜਾਂ ਚੇਅਰਮੈਨ ਨੇ ਮੰਤਰੀ ਦੇ ਤੌਰ ਤੇ ਆਪ ਵਾਲੇ ਨੇ ਕਿਹਾ ਸੀ ਵੀ ਸਤਿੰਦਰ ਜੈਨ ਉਹਨਾਂ ਨੇ ਵਿਰੋਧ ਨਹੀਂ ਕੀਤਾ ਆਪਨੇ ਵਿਰੋਧ ਨਹੀਂ ਕੀਤਾ ਉਹਦੋਂ ਉਹਨਾਂ ਨੇ ਕਿਹਾ ਸੀ ਪਰ ਆਪ ਵੱਲੋਂ ਕੋਈ ਖਾਸ ਫੈਸਲਾ ਹੱਕ ਚ ਜਾਂ ਜਲਦ ਰਿਹਾਈ ਦਾ ਜਾਂ ਕੋਈ ਕੋਸ਼ਿਸ਼ ਕੀਤੀ ਗਈ ਹੋਵੇ ਉਹਦੀ ਵੀ ਬਹੁਤ ਸਾਨੂੰ ਜਾਣਕਾਰੀ ਨਹੀਂ ਆਈ ਹੈ ਜੀ ਪਰ ਸਵਾਲ ਬਹੁਤ ਵੱਡਾ ਹੈ ਹੁਣ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੇਂਦਰ ਸਰਕਾਰ 30 April ਤੱਕ ਫੈਸਲਾ ਕਰੇ ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ ਤੇ ਇੱਕ ਵਾਰ ਗੱਲ ਚੱਲੀ ਸੀ ਇਹ ਗੱਲਾਂ ਬਣੀਆਂ ਸੀ ਕਿ ਭਾਜਪਾ ਰਾਜਵਾਨਾ ਦੀ ਸਜ਼ਾ ਮਾਫ ਕਰ ਸਕਦੀ ਹੈ ਚਰਚਾਵਾਂ ਸ਼ੁਰੂ ਹੋਈਆਂ ਸੀ ਜੀ ਉਦੋਂ ਪਾਰਲੀਮੈਂਟ ਦਾ ਸੈਸ਼ਨ ਵੀ ਚੱਲ ਰਿਹਾ ਸੀ ਪਾਰਲੀਮੈਂਟ ਦੀਆਂ ਵੋਟਾਂ ਹੋਣ ਵਾਲੀਆਂ ਸੀ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਉਦੋਂ ਵਿਰੋਧ ਕੀਤਾ ਸੀ ਵੀ ਨਹੀਂ ਸਜ਼ਾ ਮਾਫੀ ਹੋਣੀ ਚਾਹੀਦੀ ਜੀ ਤੇ ਅਮਿਤ ਸ਼ਾਹ ਉਹਨਾਂ ਨੂੰ ਵੀ ਮਿਲ ਕੇ ਆਏ ਸੀ ਰਵਨੀਤ ਸਿੰਘ ਬਿੱਟੂ ਉਦੋਂ ਇਹ ਮਾਮਲਾ ਹੌਲੀ-ਹੌਲੀ ਫਿਰ ਪੈਂਡਿੰਗ ਪੈ ਗਿਆ ਹੁਣ ਸੁਪਰੀਮ ਕੋਰਟ ਨੇ ਸੁਣਵਾਈ ਦਰਮਿਆਨ ਦਰਮਿਆਨ ਕਿ ਜਿਹੜੇ ਕੇਂਦਰ ਸਰਕਾਰ ਨੇ ਪਹਿਲਾਂ ਦੇ ਹੁਕਮਾਂ ਤੇ ਵੀ ਕੋਈ ਖਾਸ ਪ੍ਰਗਤੀ ਨਹੀਂ ਕੀਤੀ ਤੇ ਜਿਹੜੇ ਕੇਂਦਰ ਦੇ ਵਕੀਲ ਆਏ ਨੇ ਉਹਨਾਂ ਕੋਲੇ ਵੀ ਕੋਈ ਠੋਸ ਜਵਾਬ ਨਹੀਂ ਸੋ ਉਹਨਾਂ ਨੇ ਇਹ ਕਿਹਾ ਵੀ ਤੁਸੀਂ 30 April ਤੱਕ ਇਹਦੇ ਤੇ ਫੈਸਲਾ ਕਰੋ ਅਗਰ 30 April ਤੱਕ ਫੈਸਲਾ ਤੁਸੀਂ ਨਹੀਂ ਕਰਦੇ ਤਾਂ ਕੇਂਦਰ ਦਾ ਸਖਤਰ ਪੱਧਰ ਦਾ ਅਧਿਕਾਰੀ ਤੇ ਹੋਰ ਜਿਹੜੇ ਜ਼ਿੰਮੇਦਾਰ ਲੋਕ ਨੇ ਉਹਨਾਂ ਨੂੰ ਫਿਰ ਅਦਾਲਤ ਦੇ ਵਿੱਚੋਂ ਬੁਲਾਉਣਗੇ ਸੋ ਮੈਨੂੰ ਲੱਗਦਾ ਹੈ 30 ਅਪ੍ਰੈਲ ਤੱਕ ਹੁਣ ਕੇਂਦਰ ਸਰਕਾਰ ਕੋਈ ਨਾ ਕੋਈ ਫੈਸਲਾ ਕਰੂਗੀ ਮੈਨੂੰ ਲੱਗਦਾ ਹੈ ਕਿ ਮਨੁੱਖੀ ਅਧਿਕਾਰਾਂ ਨੂੰ ਦੇਖਦੇ ਹੋਏ ਮੈਨੂੰ ਇਹ ਲੱਗਦਾ ਹੈ ਕਿ ਕੇਂਦਰ ਸਰਕਾਰ ਇਹਦੇ ਉੱਪਰ ਸਜ਼ਾ ਘਟਾਉਣ ਬਾਰੇ ਫੈਸਲਾ ਕਰ ਸਕਦੀ ਹੈ ਕਿਉਂਕਿ ਬਹੁਤ ਲੰਮਾ ਦੇਖੋ ਗੱਲ ਇਹ ਹੈ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਉਹ ਐਗਜ਼ੀਕਿਊਟ ਨਹੀਂ ਕੀਤੀ ਗਈ ਉਹ ਦਿੱਤੀ ਨਹੀਂ ਗਈ 25 ਸਾਲ ਹੋ ਗਏ ਇੰਤਜ਼ਾਰ ਕਰਦੇ ਕਰਦੇ ਸੋ ਬਹੁਤ ਕਾਨੂੰਨੀ ਪਹਿਲੂ ਨੇ ਬਹੁਤ ਕਾਨੂੰਨੀ ਪਹਿਲੂ ਨੇ ਇਹ ਗੱਲ ਮੈਂ ਸਿਰਫ ਇਸ ਕਰਕੇ ਨਹੀਂ ਕਹਿ ਰਿਹਾ ਕਿ ਇੱਕ ਸਿੱਖ ਕੈਦੀ ਦਾ ਸਵਾਲ ਹੈ ਬਲਵੰਸਿਗ ਰਾਜੂਆਣਾ ਦਾ ਜਾਂ ਪ੍ਰੋਫੈਸਰ ਪੁੱਲਰ ਦਾ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਜਿਹੜੇ ਇਹਨਾਂ ਤੇ ਇਲਜ਼ਾਮ ਨੇ ਜਿਹੜੇ ਇਹਨਾਂ ਤੇ ਇਲਜ਼ਾਮ ਨੇ ਅਸੀਂ ਉਹਨਾਂ ਮੈਂ ਉਹਨਾਂ ਨੂੰ ਉਹਨਾਂ ਇਲਜ਼ਾਮਾਂ ਤੋਂ ਮੁਕਤ ਕਰ ਰਿਹਾ ਨਹੀਂ ਮੈਂ ਮੁਕਤ ਵੀ ਨਹੀਂ ਕਰ ਰਿਹਾ ਜਿਹੜੇ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਇਲਜ਼ਾਮ ਲੱਗੇ ਅਦਾਲਤਾਂ ਨੇ ਉਹਦੇ ਆਧਾਰ ਤੇ ਸਜ਼ਾ ਸੁਣਾਈ ਹੈ ਕਿਉਂਕਿ ਸਿੱਖ ਮੁੱਦਿਆਂ ਦੀ ਗੱਲ ਤਾਂ ਜੁੜਦੀ ਹੈ ਕਿ ਵੱਡੀ ਗਿਣਤੀ 'ਚ ਜਿਹੜੇ ਸਾਡੇ ਸਿੱਖ ਬੁੱਧੀਜੀਵੀ ਐ ਸਿੱਖ ਵਿਦਵਾਨ ਨੇ ਉਹ ਪੁਰਾਣੇ ਤਜਰਬਿਆਂ ਦੇ ਆਧਾਰ 'ਤੇ ਗੱਲ ਕਰਦੇ ਆ ਕਿ ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ਸਿੱਖਾਂ ਨਾਲ ਜੁੜੇ ਮੁੱਦਿਆਂ ਨੂੰ ਗੰਭੀਰਤਾ ਦੇ ਨਾਲ ਨਹੀਂ ਲੈਂਦੀਆਂ ਆਜ਼ਾਦੀ ਤੋਂ ਬਾਅਦ ਵੀ ਪੰਜਾਬ ਦੇ ਨਾਲ ਜਿਹੜੇ ਵਾਅਦੇ ਕੀਤੇ ਗਏ ਸੀ ਆਜ਼ਾਦੀ ਤੋਂ ਪਹਿਲਾਂ ਉਹ ਪੂਰੇ ਨਹੀਂ ਨਿਭਾਏ ਗਏ ਜੀ ਪੰਜਾਬ ਦਾ ਪੁਨਰਗਠਨ ਹੋਇਆ ਪੰਜਾਬ ਕਿੰਨਾ ਟੁੱਟਿਆ ਆ ਹੁਣ ਚੰਡੀਗੜ੍ਹ ਰਾਜਧਾਨੀ ਵੀ ਪਤਾ ਨਹੀਂ ਸਾਡਾ ਕੋਈ ਸੁਫਨਾ ਵਾਪਸ ਆਉਣ ਦਾ ਰਹੂਗਾ ਮੈਨੂੰ ਲੱਗਦਾ ਖਤਮ ਹੈ ਜੀ ਇੱਕ ਇੱਕ ਕਰਕੇ ਜਿਹੜੇ ਪੰਜਾਬ ਨਾਲ ਜੁੜੇ ਮੁੱਦੇ ਨੇ ਸਿੱਖ ਭਾਈਚਾਰੇ ਨਾਲ ਜੁੜੇ ਮੁੱਦੇ ਨੇ ਉਹਨਾਂ ਦੇ ਤਸੱਲੀ ਬਖਸ਼ ਉੱਤਰ ਨਹੀਂ ਮਿਲਦੇ ਇਸੇ ਕਰਕੇ ਤਾਂ ਆਮ ਆਦਮੀ ਪਾਰਟੀ ਦੇ ਪ੍ਰਤੀ ਲੋਕਾਂ 'ਚ ਸੋਚ ਆਈ ਕਿ ਤੁਸੀਂ ਜਿਹੜੇ ਰਾਜ ਸਭਾ ਮੈਂਬਰ ਭੇਜੇ ਐ ਉਹਨਾਂ ਦਾ ਪੰਜਾਬ ਦੇ ਸਿੱਖ ਮੁੱਦਿਆਂ ਤੇ ਧਾਰਮਿਕ ਮੁੱਦਿਆਂ ਤੇ ਸਾਰੇ ਭਾਈਚਾਰਿਆਂ ਦੇ ਧਾਰਮਿਕ ਮੁੱਦਿਆਂ ਤੇ ਆਤਵਾਦ ਨਾਲ ਜੁੜੇ ਮੁੱਦਿਆਂ ਤੇ ਕੀ ਸਟੈਂਡ ਹੈ ਇਸੇ ਕਰਕੇ ਕਹਿੰਦੇ ਸੀ ਵੀ ਉਹਨਾਂ ਨੂੰ ਭੇਜੋ ਜਿਨ੍ਹਾਂ ਲੋਕਾਂ ਨੇ ਇਹਨਾਂ ਮੁੱਦਿਆਂ ਤੇ ਲੜਾਈਆਂ ਲੜੀਆਂ ਨੇ ਪੰਜਾਬ 'ਚ ਹੁਣ ਜਿਵੇਂ ਦਾ ਕਸ਼ਮੀਰ ਫਾਈਲਸ ਹੈ ਸਾਡੇ ਕਸ਼ਮੀਰੀ ਪੰਡਿਤ ਭਰਾਵਾਂ ਤੇ ਕਿੰਨਾ ਤਸ਼ੱਦਦ ਹੋਇਆ ਉਥੇ ਸਿੱਖਾਂ ਤੇ ਵੀ ਤਸ਼ੱਦਦ ਹੋਇਆ ਪੰਜਾਬ 'ਚ ਹਿੰਦੂ ਭਾਈਚਾਰੇ ਦੇ ਸਾਡੇ ਭਰਾਵਾਂ ਤੇ ਵੀ ਤਸ਼ੱਦਦ ਹੋਇਆ ਉਹ ਵੀ ਮਾਮਲੇ ਬੜੇ ਲਟਕੇ ਪਏ ਨੇ ਇਹ ਮਾਮਲਿਆਂ ਨੂੰ ਸੁਲਝਾਉਣ ਦੇ ਲਈ ਉਹ ਲੋਕ ਅੱਗੇ ਆਣੇ ਚਾਹੀਦੇ ਨੇ ਜਿਨ੍ਹਾਂ ਦਾ ਕਿਰਦਾਰ ਦਿਖੇ ਜਿਨ੍ਹਾਂ ਦੇ ਵਿੱਚੋਂ ਕੋਈ ਉਹਨਾਂ ਦੀ ਵੱਖ ਸੋਚ ਨਾ ਦਿਖੇ ਵੱਖਵਾਦੀ ਸੋਚ ਨਾ ਦਿਖੇ ਉਹ ਪੰਜਾਬ ਚ ਸਾਰਿਆਂ ਦੇ ਬਰਾਬਰ ਹੱਕਾਂ ਦੀ ਗੱਲ ਕਰਨ ਹੁਣ ਜਿੱਥੋਂ ਤੱਕ ਮਸਲਾ ਰਹਿ ਗਿਆ ਦੇਖੋ ਦਿੱਲੀ ਚ ਮੈਂ ਅੱਗੇ ਵੀ ਉਦਾਹਰਨਾ ਦਿੰਨਾ ਦਿੱਲੀ ਚ ਦੋ ਵੱਡੇ ਵੱਡੇ ਕਾਂਗਰਸੀ ਸੀ ਦੋਨਾਂ ਨੂੰ ਉਮਰ ਕੈਦਾਂ ਦੀਆਂ ਸਜਾਂ ਸੁਣਾਈਆਂ ਗਈਆਂ ਸੀ ਦੋਨੇ ਰਹਾ ਹੋ ਕੇ ਘਰੇ ਜਾ ਚੁੱਕੇ ਜੁਰਮ ਇੱਕੋ ਹੀ ਹੁੰਦਾ ਜੀਚ ਉਮਰ ਕਾਇਦੀ ਸਜ਼ਾ ਸੁਣਾ ਦਿੱਤੀ ਜਾਵੇ ਜਾਂ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਵੇ ਜੀ ਹੁਣ ਜਦੋਂ ਗੱਲ ਆਉਂਦੀ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਬਲਵੰਤ ਸਿੰਘ ਰਾਜਵਾਨਾ ਦੀ ਤੇ ਕਾਨੂੰਨ ਤਾਂ ਕਹਿੰਦਾ ਫੈਸਲੇ ਕਰੋ ਸਰਕਾਰਾਂ ਲਟਕਾ ਦਿੰਦੀਆਂ ਸੁਪਰੀਮ ਕੋਰਟ ਨੇ ਤਾਂ ਪਹਿਲਾਂ ਹੀ ਕਹਤਾ ਸੀ ਵੀ ਕੇਂਦਰ ਫੈਸਲਾ ਕਰੇ ਜੀ ਕੇਂਦਰੀ ਫੈਸਲਾ ਨਹੀਂ ਕਰ ਸਕਿਆ ਮੋਦੀ ਸਾਹਿਬ ਨੇ ਕਹਤਾ ਭੁੱਲਰ ਦੀ ਰਿਹਾਈ ਤੇ ਫੈਸਲਾ ਕਰੋ ਦਿੱਲੀ ਵਾਲੇ ਨਹੀਂ ਕਰ ਸਕੇ ਜੀ ਸੋ ਮਸਲਾ ਇਹ ਹੈ ਵੀ ਸਰਕਾਰਾਂ ਕਈ ਵਾਰੀ ਖੁਦ ਉਹਨਾਂ ਕੋਲ ਇੱਛਾ ਸ਼ਕਤੀ ਨਹੀਂ ਹੁੰਦੀ ਅਦਾਲਤਾਂ ਛੇਤੀ ਫੈਸਲਾ ਕਰ ਦਿੰਦੀਆਂ ਸੋ ਹੁਣ ਵੇਖਦੇ ਹਾਂ ਇਹਦੇ ਤੇ ਕੀ ਫੈਸਲਾ ਹੁੰਦਾ ਇਹਦੇ ਨਾਲ ਬੀਜੇਪੀ ਦਾ ਔਰ ਆਮ ਆਦਮੀ ਪਾਰਟੀ ਦਾ ਸਾਡੇ ਸਿੱਖ ਮੁੱਦਿਆਂ ਪ੍ਰਤੀ ਕਿੰਡੀ ਸੰਜੀਦਗੀ ਹੈ ਕਿੰਨੀ ਸਮਝ ਹੈ ਉਹਦਾ ਵੀ ਪਤਾ ਲੱਗੂਗਾ ਔਰ ਮੈਂ ਆਸ ਕਰਦਾ ਕਿ ਭਾਰਤ ਸਰਕਾਰ ਬਲਵੰਤ ਸਿੰਘ ਰਾਜੂਆਣਾ ਦੇ ਮਸਲੇ ਤੇ ਜੋ ਵੀ ਫੈਸਲਾ ਲੈਣਾ ਉਹ ਜਲਦ ਲਾਊਗੀ ਪ੍ਰੋਫੈਸਰ ਭੁੱਲਰ ਤੇ ਦਿੱਲੀ ਦੀ ਸਰਕਾਰ ਆਪਣੇ ਵੱਲੋਂ ਹੋਰ ਕੋਸ਼ਿਸ਼ਾਂ ਕਰੇ ਜਲਦ ਤੋਂ ਜਲਦ ਫੈਸਲਾ ਹੋਵੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਫੈਸਲਾ ਹੋਵੇ ਬਲਵੰਤ ਸਿੰਘ ਰਾਜੂਆਣਾ ਤੇ ਜੋ ਫੈਸਲਾ ਹੋਣਾ ਉਹ ਹੋਵੇ ਤਾਂ ਕਿ ਗੱਲ ਨਿਪਟਾਰੇ ਵਾਲੇ ਪਾਸੇ ਤੁਰੇ ਜੀ ਜਲਾ ਸਾਹਿਬ ਸਮਾਪਤੀ ਵੱਲ ਵਾਧਦੇ ਆ ਜੀ ਤੁਸੀਂ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਸੁਰਖੀਆਂ ਤੇ ਆਪਣੇ ਵਿਚਾਰ ਰੱਖੇ ਤੁਹਾਡਾ ਬਹੁਤ ਬਹੁਤ ਧੰਨਵਾਦ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਜੀ